ਬੀਤੀ ਰਾਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰ ਟਾਊਨ ਜਲੰਧਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉਚੇਚੇ ਤੌਰ ਤੇ ਗੁਰਮਤਿ ਵਿਵੇਕ ਜਥਾ ਟੋਰਾਂਟੋ ਕੈਨੇਡਾ ਵਾਲੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਸੰਗਤ ਦੁਆਰਾ ਪੁੱਛੇ ਗਏ ਗੁਰਸਿੱਖੀ ਜੀਵਨ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਦੇ ਕੇ ਅਤੇ ਗੁਰਮਤਿ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅਸੀਂ ਯੂਟਿਊਬ ਦਾ ਚੈਨਲ ਸ਼ੁਰੂ ਕੀਤਾ ਇੱਕ ਗੁਰਮਤਿ ਵਿਵੇਕ, ਅਤੇ ਪਿਛਲੇ ਸਾਲ ਵੀ ਅਸੀਂ ਇੱਥੇ ਆਏ ਸੀਗੇ ਅਤੇ ਸੰਗਤਾਂ ਇੱਥੇ ਗੁਰਮਤਿ ਵਿਚਾਰ ਸਾਂਝੇ ਕੀਤੇ ਜੀ। ਅਸੀਂ ਦੇਖੋ ਇਹ ਕੰਮ ਤਾਂ ਸ਼ੁਰੂ ਕੀਤਾ ਵੀ ਸਮਝਦੇ ਹਾਂ ਵੀ ਜੇਕਰ ਆਪਾਂ ਕੋਈ ਲੈਕਚਰ ਕਰਕੇ ਚੱਲ ਜਾਈਏ ਜਾਂ ਕਥਾ ਸਮਾਗਮ ਕਰਕੇ ਚੱਲ ਜਾਈਏ ਅਤੇ ਗੱਲਬਾਤ ਕਰੀਏ ਸੰਗਤ ਨਾਲ, ਉਹਦਾ ਫਾਇਦਾ ਘੱਟ ਹੁੰਦਾ। ਹੁਣ ਅਸੀਂ ਜਿੱਥੇ ਵੀ ਸੈਮੀਨਾਰ ਰੱਖਦੇ ਹਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਸਮਝ ਕਿ ਤੁਸੀਂ ਸਾਨੂੰ ਕਾਲ ਪੁੱਛੀ। ਸੋ ਅਸੀਂ ਇਹ 'ਚ ਜੋ ਆਪਾਂ ਗੱਲਬਾਤ ਕਰਦੀ ਹਾਂ ਥੋੜ੍ਹੇ ਸਮੇਂ ਵਾਸਤੇ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਅਤੇ ਤੁਸੀਂ ਫਿਰ ਬਾਅਦ 'ਚ ਤੁਹਾਨੂੰ ਸਵਾਲ ਪੁੱਛਾਂਗੇ। ਤੁਹਾਡੇ ਮਨ ਦੇ ਕੋਈ ਵੀ ਸਵਾਲ ਮੇਰੇ ਸਿੱਖੀ ਦੇ ਰਿਲੇਟਡ ਤੁਸੀਂ ਉਹ ਸਵਾਲ ਪੁੱਛ ਸਕਦੇ ਹੋ ਅਤੇ ਫਿਰ ਜਿਵੇਂ ਜਿਵੇਂ ਅਸੀਂ ਇਕੱਠੇ ਅੱਜ ਆਏ ਹੋਏ ਨੇ ਤਾਂ ਤੁਹਾਨੂੰ ਅਸੀਂ ਦੂਸਰੇ ਕਿਰਪਾ ਦੁਆਰਾ ਸਾਲ ਜਵਾਬ ਦੇਵਾਂਗੇ। ਜੇ ਆਪਾਂ ਸਿਰਫ ਕਥਾ ਕਰਕੇ ਜਾਂ ਕੀਰਤਨ ਕਰਕੇ ਜਾਂ ਗੱਲਬਾਤ ਨਹੀਂ ਕਰਦੇ ਫਿਰ ਆਪਾਂ ਨੂੰ ਗੁਰਮਤਿ ਦਾ ਘੱਟ ਪਤਾ ਲੱਗਦਾ ਕਿਉਂਕਿ ਗੁਰਬਾਣੀ ਆਪਾਂ ਸਾਨੂੰ ਸਮਝ ਨਹੀਂ ਆਉਂਦੀ ਅਤੇ ਅੱਜ ਕੱਲ੍ਹ ਇਹੀ ਦੇਖਿਆ ਵੀ ਕਥਾਕਾਰ ਆਉਂਦੇ ਨੇ ਇਕੱਠੇ ਕਰਕੇ ਚੱਲ ਜਾਂਦੇ ਨੇ, ਜਿਹੜੀ ਇੰਟਰੈਕਸ਼ਨ ਸਭ ਦਾ ਉਹ ਹੁੰਦੀ ਨਹੀਂ ਅਤੇ ਇੰਟਰੈਕਸ਼ਨ ਨਾ ਹੋਣ ਕਰਕੇ ਮਨ ਵਿੱਚ ਸਵਾਲ ਦਿੱਤੇ ਨੇ ਅਤੇ ਇਸ ਤਰੀਕੇ ਵੀ ਇੱਦਾਂ ਹੁੰਦਾ ਵੀ ਸਾਰੇ ਆਪੋ ਆਪਣੇ ਰਸਤੇ ਚੱਲੀ ਜਾਂਦੇ ਨੇ ਅਤੇ ਗੁਰੂ ਸਾਹਿਬ ਵੱਲ ਘੱਟ ਜਾ ਰਹੇ ਨੇ। ਹੁਣ ਉਤਸ਼ਾਹ ਤਾਂ ਬਹੁਤ ਹੁੰਦਾ ਨੌਜਵਾਨਾਂ ਵਿੱਚ ਵੀ ਅਸੀਂ ਸਿੱਖੀ ਵੱਲ ਤੁਰੀਏ ਪਰ ਕੋਈ ਗਾਈਡੈਂਸ ਨਹੀਂ ਦਿੱਤੀ, ਜਿਹਦੇ ਕਰਕੇ ਅਸੀਂ ਦੇਖਿਆ ਕਿ ਜਿਹੜੇ ਨੌਜਵਾਨ ਇੱਥੇ ਪੰਜਾਬ ਵਿੱਚ ਬਾਹਰਲੇ ਦੇਸ਼ਾਂ ਵਿੱਚ ਵੀ ਉਹ ਸਿੱਖੀ ਵੱਲ ਚਾਅ ਤਾਂ ਬਹੁਤ ਹੁੰਦਾ ਤਾ ਪਰ ਉਹ ਪੂਰਾ ਚਾਅ ਜਿਹੜਾ ਯੂਟੀਲਾਈਜ਼ ਨਹੀਂ ਹੋਇਆ, ਜੋ ਪੋਟੈਂਸ਼ੀਅਲ ਹੈਗਾ ਉਹਨਾਂ ਦਾ ਉਹ ਨਹੀਂ ਅੱਗੇ ਨੂੰ ਪੂਰਾ ਨਹੀਂ ਉਹ ਪੂਰਾ ਡਿਸਕਵਰ ਨਹੀਂ ਕਰ ਰਹੇ ਕਿਉਂਕਿ ਕਨਫਿਊਜ਼ਨ ਬਹੁਤ ਹੈ ਆਪਾਂ ਵਿੱਚ ਅਤੇ ਸਾਰੇ ਜਿਹੜੇ ਆਪਣੇ ਵਿਚਾਰ ਦੱਸ ਦਿੰਦੇ ਆ ਪਰ ਗੁਰਬਾਣੀ ਦੀ ਵਿਚਾਰ ਘੱਟ ਹੁੰਦੀ ਹੈ ਵੀ ਗੁਰੂ ਸਾਹਿਬ ਐਗਜੈਕਟਲੀ ਸਾਨੂੰ ਕੀ ਕਹਿ ਰਹੇ ਆ। ਸੋ ਸਾਡਾ ਇੱਥੇ ਸਾਰੇ ਸਿੱਖਾਂ ਦਾ ਇਹੀ ਉਪਰਾਲਾ ਹੈ ਕਿ ਅਸੀਂ ਸੰਗਤਾਂ ਨੂੰ ਲੈ ਕੇ ਗੁਰਬਾਣੀ ਦੀ ਵਿਚਾਰ ਕਰੀਏ, ਆਪਾਂ ਇਹ ਲੱਭੀਏ ਵੀ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਆ, ਸਾਡਾ ਇੱਥੇ ਮੋਟਿਵ ਕੀ ਆ, ਗੋਲ ਕੀ ਆ। ਪਰ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਆਪਾਂ ਸਾਡੇ ਕੋਲ ਕੋਈ ਲਕਸ਼ ਹੁੰਦਾ, ਲਕਸ਼ ਤੋਂ ਬਗੈਰ ਆਪਾਂ ਕੰਮ ਨਹੀਂ ਕਰ ਸਕਦੇ, ਉਹ ਕੰਮ ਸਫਲ ਨਹੀਂ ਹੁੰਦਾ ਆਪਣਾ। ਹੁਣ ਜੇ ਆਪਾਂ ਦਿਹਾੜੀਆਂ ਲਾਉਂਦੇ ਹਾਂ ਕੰਮ 'ਤੇ ਜਾਂਦੇ ਹਾਂ ਸਾਨੂੰ ਉੱਧਰ ਅਸੀਂ ਕੰਮ ਕਰਾਂਗੇ ਤਾਂ ਪੈਸੇ ਇਕੱਠੇ ਹੋਣਗੇ ਤਾਂ ਸਾਡਾ ਘਰ ਦਾ ਖਰਚਾ ਚੱਲੂਗਾ, ਜੇ ਆਪਾਂ ਪੜ੍ਹਦੇ ਹਾਂ ਤਾਂ ਸਾਨੂੰ ਅਸੀਂ ਪੜ੍ਹਾਂਗੇ ਤਾਂ ਸਾਨੂੰ ਇਹ ਡਿਗਰੀ ਮਿਲੂਗੀ, ਤਾਂ ਜੋ ਵੀ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਉੱਥੇ ਕਾਲਜ ਦੀ ਆਪਾਂ ਸਾਰੀ ਪੂਰੀ ਕਰਦੇ ਹਾਂ, ਆਪਾਂ ਵਰਦੀ ਵੀ ਆਪਾਂ ਕਹਿੰਦੇ ਹਾਂ, ਆਪਾਂ ਉਹਦੇ ਰੂਲਸ ਵੀ ਫੋਲੋ ਕਰਦੇ ਹਾਂ, ਆਪਾਂ ਪੜ੍ਹਦੇ ਵੀ ਹਾਂ, ਯਾਦ ਵੀ ਕਰਦੇ ਹਾਂ, ਜੋ ਸਾਨੂੰ ਕਹਿੰਦੇ ਯਾਦ ਕਰੋ ਯਾਦ ਵੀ ਕਰੀਦਾ, ਰੱਟਾ ਵੀ ਲਾਈਦਾ, ਦੁਆਰੇ ਦੁਆਰ ਪੜ੍ਹ ਪੜ੍ਹ ਕੇ ਅਸੀਂ ਉਹਨੂੰ ਯਾਦ ਕਰਦੇ ਸਮਝਦੇ ਹਾਂ ਅਤੇ ਅਸੀਂ ਜੋ ਇਗਜ਼ਾਮ ਪਾਸ ਕਰਦੇ ਹਾਂ ਕਿਉਂਕਿ ਸਾਡੇ ਕੋਲ ਲਕਸ਼ ਆ, ਸਾਨੂੰ ਪਤਾ ਸੀ ਇਹ ਕੰਮ ਕਰਨਾ, ਜੇ ਬਾਹਰ ਜਾਣਾ ਸੀ ਤੁਹਾਨੂੰ ਪਤਾ ਸੀ ਕੈਨੇਡਾ ਜਾਣਾ, ਆਈਲੈਟਸ 'ਤੇ ਪੂਰਾ ਜ਼ੋਰ ਲਾਇਆ ਹੁੰਦਾ ਅਤੇ ਪਰ ਜੇ ਫਰਜ਼ ਕਰੋ ਕੋਈ ਕਿਸ ਨੂੰ ਇਹ ਨਾ ਪਤਾ ਹੁੰਦਾ ਕਿ ਮੈਂ ਜਾਣਾ ਕਿੱਥੇ ਆ ਅਤੇ ਉਹਨੂੰ ਕਹੀਏ ਤੁਹਾਨੂੰ ਆਈਲੈਟਸ ਕਰ, ਉਹਨੂੰ ਪਤਾ ਨਹੀਂ ਉਹਦਾ ਫਾਇਦਾ ਕੀ ਆ, ਉਹਨੂੰ ਇਹ ਨਹੀਂ ਪਤਾ ਕਿ ਆਈਲੈਟਸ ਕਰਕੇ ਬਾਅਦ 'ਚ ਮੈਂ ਕਿੱਥੇ ਜਾਣਾ, ਫਿਰ ਆਈਲੈਟਸ ਕਿਉਂ ਕਰੂਗਾ। ਉਹ ਜਿਵੇਂ ਬੱਚੇ ਵੀ ਆਪਣੇ ਆਪਾਂ ਬੱਚੇ ਨੂੰ ਸਮਝਾਉਂਦੇ ਹਾਂ ਤੁਸੀਂ ਜਾ ਕੇ ਪੜ੍ਹੋ, ਜ਼ੋਰ ਵੀ ਦੱਸ ਕੇ ਪੜ੍ਹਿਓ ਤਾਂ ਤੁਸੀਂ ਡਾਕਟਰ ਬਣੋਗੇ, ਇੰਜੀਨੀਅਰ ਬਣੋਗੇ, ਕੋਈ ਲਕਸ਼ ਤਾਂ ਦਿਓ ਉਹਨੂੰ, ਉਹ ਲਕਸ਼ ਦੇ ਦੌਰਾਨ ਤੁਹਾਨੂੰ ਪਤਾ ਲੱਗਦਾ ਸਾਨੂੰ ਆਹ ਪ੍ਰਾਪਤੀ ਹੋਣੀ ਆ ਇਹ ਕੰਮ ਕਰਕੇ ਤਾਂ ਉਹ ਕੰਮ ਕਰਦੇ ਨੇ। ਹੁਣ ਆਪਾਂ ਸਿੱਖੀ ਮੰਡਲਾਂ ਦੇ ਵਿੱਚ ਇੱਦਾਂ ਆਪਾਂ ਬੱਚੇ ਨੂੰ ਦੱਸਦੇ ਹਾਂ ਵੀ ਤੁਸੀਂ ਕੇਸ ਦਾ ਕਤਲ ਕਰੋ ਤਾਂ ਤੁਸੀਂ ਵੀ ਡਰੱਗ ਨਾ ਕਰਿਓ, ਨਸ਼ੇ ਨਾ ਕਰਿਓ, ਪਰ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਦੇ ਵੀ ਤੁਸੀਂ ਕਰਦਾ ਕੀ ਆ, ਆਪਾਂ ਰੋਕੀਏ ਨੇ ਮਾੜੇ ਕੋਲ ਤਾਂ ਆਪਾਂ ਕਹਿੰਦੇ ਤਾਂ ਹੈਗੇ, ਸਾਰੇ ਕਹਿੰਦੇ ਨੇ ਵੀ ਆਹ ਮਾੜੇ ਕੰਮ ਨਹੀਂ ਕਰਦੇ, ਪਰ ਇਹ ਨਹੀਂ ਦੱਸਦੇ ਤੁਸੀਂ ਕਰਦਾ ਕੀ ਆ, ਉਹਨਾਂ ਕੋਲ ਕੋਈ ਲਕਸ਼ ਨਹੀਂ। ਸਿੱਖੀ ਮੰਡਲਾਂ ਵਿੱਚ ਬਸ ਇੰਨਾ ਹੀ ਉਹਨਾਂ ਨੂੰ ਦੱਸਿਆ ਕਿ ਇਸ ਦੀ ਕਦਰ ਕਰਦੇ ਆਪਾਂ ਗੁਰਦੁਆਰੇ ਜਾਂਦੇ ਹਾਂ, ਬਸ ਆਹੀ ਦੱਸਿਆ ਆਪਾਂ। ਫਿਰ ਬੱਚੇ ਵੀ ਫਿਰ ਕੀ ਕਰਨ,
ਉਹਨੂੰ ਅਸੀਂ ਸਵਾਲ ਦਿੱਤੇ ਔਰ ਅਸੀਂ ਵੀ ਉਸੇ ਜਗ੍ਹਾ ਤੋਂ ਨਿਕਲ ਕੇ ਆਏ ਹਾਂ ਵੀ ਸਾਨੂੰ ਵੀ ਇਹਦਾ ਪਤਾ ਸੀਗਾ ਵੀ ਆਪਾਂ ਕੇਸ ਰੱਖਣੇ ਹਾਂ ਅਤੇ ਗੁਰਦੁਆਰੇ ਜਾਈਦਾ ਅਤੇ ਇਹ ਪਤਾ ਸੀ ਵੀ ਸਾਡੇ ਮਾੜੇ ਸਾਡੇ ਮਾੜੇ ਕੰਮ ਨੇ ਜਿਹੜੇ ਮਾੜੇ ਕੰਮ ਨੇ ਇਹ ਨਹੀਂ ਕਰਦੇ ਪਰ ਇਹ ਨਹੀਂ ਸੀ ਪਤਾ ਵੀ ਅਸੀਂ ਕਰਨਾ ਕੀ ਆ ਸੋ ਇੱਥੇ ਅਸੀਂ ਵਿਚਾਰ ਕਰ ਰਹੇ ਹਾਂ ਵੀ ਜੇ ਸਿੱਖੀ ਆ ਇਸ ਦੀ ਸ਼ੁਰੂਆਤ ਕਿੱਥੇ ਆ ਅਤੇ ਆਪਾਂ ਪਹੁੰਚਣਾ ਕਿੱਥੇ ਭਾਈ ਪ੍ਰਾਪਤ ਮਾਨ ਹੁੰਦੇ ਹੋਈਆ ਗੋਬਿੰਦ ਮਿਲਣ ਕੇ ਇਹ ਤੇਰੀ ਬਣੀ ਆ ਇੱਥੇ ਗੁਰੂ ਸਾਹਿਬ ਆਪਾਂ ਨੂੰ ਲਕਸ਼ ਦੱਸਦੇ ਆਪਣਾ ਕੀ ਆ ਆਪਾਂ ਜੋ ਕੁਛ ਵੀ ਸਿੱਖੀ ਦੇ ਵਿੱਚ ਕਰਦੇ ਹਾਂ ਚਾਹੇ ਉਹ ਕੇਸ ਰੱਖਣੇ ਆ ਚਾਹੇ ਉਹ ਪੰਜ ਕਕਾਰ ਪਾਉਣੇ ਆ ਚਾਹੇ ਸੱਤ ਬਾਣੀ ਦਾ ਨਿਤਨੇਮ ਕਰਨਾ ਕੁਛ ਵੀ ਕਰਨਾ ਸੇਵਾ ਕਰਨੀ ਆ ਉਹ ਆਪਾਂ ਤਾਂ ਕਰਦੇ ਹਾਂ ਕਿਉਂਕਿ ਆਪਾਂ ਇਹ ਟਾਰਗੇਟ ਮੀਟ ਕਰਨਾ ਵਾ ਟਾਰਗੇਟ ਕੀ ਆਪਣਾ ਗੋਬਿੰਦ ਮਿਲਣ ਕੀ ਇਹ ਤੇਰੀ ਬਣੀ ਇੱਥੇ ਗੋਬਿੰਦ ਦਾ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੋ ਦਾ ਭਾਵ ਹੁੰਦਾ ਧਰਤੀ ਦੇ ਤੋਂ ਮਤਲਬ ਧਰਤੀ ਨੂੰ ਪਾਲਣ ਵਾਲਾ ਧਰਤੀ ਨੂੰ ਚਲਾਉਣ ਵਾਲਾ ਸਿਰਜਣਹਾਰ ਵਾਹਿਗੁਰੂ ਉਹਨਾਂ ਨੂੰ ਸਾਡੀ ਮਿਲਣ ਦੀ ਵਾਰੀ ਆ ਮਨੁੱਖੀ ਦੇ ਹੀ ਤਾਂ ਮਿਲ ਜਾਂਦਾ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਪਤਾ ਲੱਗ ਗਿਆ ਕਿ ਵਾਹਿਗੁਰੂ ਨੂੰ ਮਿਲਣਾ ਪਰ ਵਾਹਿਗੁਰੂ ਜੀ ਕੌਣ ਨੇ ਕਿੱਥੇ ਨੇ ਉਹ ਇਸ ਬਾਰੇ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ ਕਾਫ਼ੀ ਅਲੱਗ ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਸ਼ੁਰੂ ਹੋਈਆਂ ਨੇ ਵਾਹਿਗੁਰੂ ਬਾਰੇ ਕੋਈ ਕੁਛ ਦੱਸਦਾ ਕੋਈ ਕੁਛ ਦੱਸਦਾ ਕੋਈ ਤਾਂ ਕਹਿੰਦਾ ਕਿ ਵਾਹਿਗੁਰੂ ਇੱਥੇ ਧਰਤੀ 'ਤੇ ਹੀ ਹੈ ਜਿਹੜਾ ਕੁਛ ਹੈਗਾ ਹੋਰ ਨਹੀਂ ਕਿਤੇ ਹੈਗਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਆਪਾਂ ਇਹਦੇ ਬਾਰੇ ਥੋੜ੍ਹੇ ਵਿਚਾਰ ਕਰੀਏ ਕਿ ਅਸਲ ਵਿੱਚ ਵਾਹਿਗੁਰੂ ਜੀ ਕੌਣ ਨੇ ਕਿੱਥੇ ਰਹਿੰਦੇ ਨੇ ਇਹ ਵਿਚਾਰ ਆਪਾਂ ਨੂੰ ਸਭ ਤੋਂ ਪਹਿਲਾਂ ਜਿੱਥੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਗੁਰੂ ਸਾਹਿਬ ਵਾਹਿਗੁਰੂ ਜੀ ਆਪਾਂ ਨੂੰ ਗੁਣ ਦੱਸਦੇ ਨੇ ਮੂਲ ਮੰਤਰ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਇੱਕ ਓਮਕਾਰ ਸਭ ਤੋਂ ਪਹਿਲਾਂ ਤੋਂ ਇੱਕ ਵਾਹਿਗੁਰੂ ਜੀ ਤੇ ਓਮਕਾਰ ਭਾਵ ਨਿਰਗੁਣ ਤੋਂ ਸਰਗੁਣ ਹੋਣ ਵਾਲਾ ਨਿਰਗੁਣ ਦਾ ਸਰਗੁਣ ਕੀ ਹੁੰਦਾ ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਸਮਝ ਲਈਏ ਵਾਹਿਗੁਰੂ ਦਾ ਇੱਕ ਆਪਣਾ ਰੂਪ ਆ ਜਿਹੜਾ ਕਿ ਬਦਲਦਾ ਨਹੀਂ ਹੈ ਕਦੇ ਵੀ ਟੈਂਪਰੇਰੀ ਨਹੀਂ ਹੈ ਉਹ ਪਰਮਾਨੈਂਟ ਉਸੇ ਰੂਪ ਦੇ ਵਿੱਚ ਰਹਿੰਦਾ ਤੇ ਉਹ ਇਹ ਦੁਨੀਆਂ ਦੇ ਵਿੱਚ ਜਿਹੜੇ ਪੰਜ ਤੱਤ ਨੇ ਤਿੰਨ ਗੁਣ ਮਾਇਆ ਦੇ ਮੰਨੇ ਗਏ ਨੇ ਉਹਨਾਂ ਤੋਂ ਉੱਪਰ ਆ ਉਹਨੂੰ ਉਹਦੇ 'ਚ ਕੋਈ ਗੁਣ ਨਹੀਂ ਹੈ ਜੋ ਆਪਾਂ ਇੱਥੋਂ ਦੀ ਸਰਪਣ ਦੇ ਕੇ ਸਮਝ ਸਕੀਏ ਉਹਨੂੰ ਤਾਂ ਨਿਰਗੁਣ ਕਹਿੰਦੇ ਆ ਨਿਰਗੁਣ ਤੋਂ ਸਰਗੁਣ ਹੋਣ ਵਾਲਾ ਦਾ ਭਾਵ ਕਿ ਵਾਹਿਗੁਰੂ ਜਦੋਂ ਆਪਣੀ ਸ੍ਰਿਸ਼ਟੀ ਸਾਜਦੇ ਨੇ ਇਹ ਜੋ ਸ੍ਰਿਸ਼ਟੀ ਬਣਾਈ ਆ ਇਹਦੇ ਵਿੱਚ ਉਹ ਆਪਣੇ ਆਪ ਨੂੰ ਉਹਨਾਂ ਨੇ ਰੱਖਦਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਵਾਸਾ ਕੀ ਵਾਰ ਦੇ ਅੱਗੇ ਚ ਆਪਾਂ ਪੜ੍ਹਦੇ ਹਾਂ ਪੌੜੀ ਇਹ ਉਹਨੇ ਆਪ ਹੀ ਆਪਾਂ ਸਾਜਿਆ ਆਪਾਂ ਕਿਹੜਾ ਸਾਜਿਆ ਜਦੋਂ ਜਿਹੜਾ ਸ੍ਰਿਸ਼ਟੀ ਦੇ ਵਿੱਚ ਆਪਾਂ ਕਹਿੰਦੇ ਨੇ ਕਾਲ ਤੋਂ ਸਾਰੇ ਪਾਸੇ ਰਮਿਆ ਹੋਇਆ ਉਹ ਤਾਂ ਸਰਗੁਣ ਉਹਨੇ ਆਪਦਾ ਆਪ ਸਾਜਿਆ ਆਪੀ ਨੇ ਰਚਿਓ ਨਾ ਉਹਨੇ ਆਪ ਹੀ ਆਪਣਾ ਨਾਮ ਰਚਿਆ ਫਿਰ ਦੂਈ ਕੁਦਰਤ ਸਾਜੀ ਹੈ ਕਰ ਅਸਲ ਇੱਥੋਂ ਚਾਹੋ ਸੋ ਉਹ ਨਿਰਗੁਣ ਤੋਂ ਸਰਗੁਣ ਹੋਣ ਵਾਲਾ ਆ ਤੇ ਉਹ ਸੱਤ ਆ ਵੀ ਸਭ ਸੱਤ ਨਾਮ ਮੂਲ ਮੰਤਰ ਸਾਰੇ ਉਹਦੇ ਗੁਣ ਦੱਸਦੇ ਆ ਸੱਤ ਦਾ ਭਾਵ ਉਹ ਸੱਚ ਆ ਸੱਚ ਦਾ ਮਤਲਬ ਇੱਥੇ ਇਹ ਆ ਕਿ ਜਿਹੜੀ ਚੀਜ਼ ਟੈਂਪਰੇਰੀ ਹੁੰਦੀ ਆ ਉਹਨੂੰ ਗੁਰੂ ਸਾਹਿਬ ਨੇ ਬਣ ਵਿੱਚ ਝੂਠ ਕੇ ਆ ਕੂਟ ਕੇ ਆ ਟੈਂਪਰੇਰੀ ਦਾ ਮਤਲਬ ਕੋਈ ਚੀਜ਼ ਜਿਹੜੀ ਪਰਮਾਨੈਂਟ ਸੇਮ ਸਟੇਟ ਦੇ ਵਿੱਚ ਨਹੀਂ ਰਹਿੰਦੀ ਹਮੇਸ਼ਾ ਲਈ ਇੱਕ ਰਸ ਇੱਕ ਰੂਪ ਹਮੇਸ਼ਾ ਸੱਚ ਰਹਿੰਦਾ ਉਹ ਵਾਹਿਗੁਰੂ ਸੱਚ ਆ ਉਹ ਸੱਚਾ ਤੇ ਉਹ ਨਾਮ ਵਾਲਾ ਉਹਦਾ ਇੱਕ ਮਖਸੂਸ ਖਾਸ ਉਹਦਾ ਨਾਮ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਧਰਤੀ ਤੇ ਆ ਕੇ ਨਾਮ ਦਾ ਸਾਰੀ ਦੁਨੀਆਂ ਨੂੰ ਨਾਮ ਦਾ ਛਾਂਦਾ ਕਰਦੇ ਆ ਉਹਦਾ ਉਹ ਨਾਮ ਵਾਲਾ ਉਹ ਕਰਤਾ ਪੁਰਖ ਆ ਇੱਥੋਂ ਦੇਖੋ ਕਰਤਾ ਪੁਰਖ ਤੋਂ ਹੀ ਕਾਫੀ ਗੱਲ ਸਪਸ਼ਟ ਹੋ ਜਾਂਦੀ ਹੈ ਅਸੀਂ ਵੈਨਕੂਵਰ ਗਏ ਸੀ ਖਾਲਸਾ ਕੈਂਪ ਤੇ ਉੱਥੇ ਇਸੇ ਟੌਪਿਕ ਤੇ ਉੱਥੇ ਬੱਚਿਆਂ ਨਾਲ ਵਿਚਾਰ ਹੋ ਰਹੀ ਸੀ ਕਿ ਕਾਲਜ ਦੇ ਸਟੂਡੈਂਟ ਸੀਗੇ ਤੇ ਇਸੇ ਟੌਪਿਕ ਤੇ ਅਸੀਂ ਉੱਥੇ ਇੱਕ ਵਿੱਚੋਂ ਇੱਕ ਗੁਰਸਿੱਖ ਨੇ ਕਿਹਾ ਕਹਿੰਦੀ ਕਿ ਅਸੀਂ ਤਾਂ ਇਹੀ ਸਮਝਦੇ ਹਾਂ ਕਿ ਉਹ ਵਾਹਿਗੁਰੂ ਆ ਜਿਹੜਾ ਉਹ ਇੱਥੇ ਹੀ ਬਸ ਹਰੇਕ ਤੇ ਵਸਿਆ ਹੋਇਆ ਕਣ ਕਣ ਦੇ ਵਿੱਚ ਰਮਿਆ ਹੋਇਆ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਂ ਨਹੀਂ ਕੋਈ ਉਹ ਕਹਿੰਦੇ ਇੱਥੇ ਸਭ ਗੋਬਿੰਦ ਹੈ ਵੀ ਸਾਨੂੰ ਤਾਂ ਇਸੇ ਕਨਸੈਪਟ ਦਾ ਪਤਾ ਪਰ ਗੁਰਬਾਣੀ ਚ ਗੁਰੂ ਸਾਹਿਬ ਨੇ ਕਰਤਾ ਪੁਰਖ ਨਹੀਂ ਕਿਹਾ ਅਕਾਲ ਮੂਰਤ ਨਹੀਂ ਕਿਹਾ ਜੇ ਉਹ ਸਿਰਫ ਇੱਥੇ ਹੀ ਰਮਿਆ ਹੋਇਆ ਤੇ ਕਰਤਾ ਪੁਰਖ ਦਾ ਭਾਵ ਉਹ ਕਰਨ ਵਾਲਾ ਤੇ ਇਹਦਾ ਜੇ ਇੱਥੇ ਹੀ ਰਮਿਆ ਹੋਇਆ ਤਾਂ ਸਾਰੀ ਕਿਰਤਾ ਵਾਹਿਗੁਰੂ ਦੀ ਵਾਹਿਗੁਰੂ ਨੇ ਤਾਂ ਇਹ ਸਾਜਿਆ ਸਾਰਾ ਕੁਛ ਕਰੋ ਕਰਤਾ ਪੁਰਖ ਕਿਵੇਂ ਹੋਇਆ ਤੇ ਅਕਾਲ ਮੂਰਤ ਤੋਂ ਤਾਂ ਫਿਰ ਬਿਲਕੁਲ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਅਕਾਲ ਮੂਰਤ ਸਮਝਣਾ ਆਪਣੇ ਸਭ ਤੋਂ ਵੱਧ ਜ਼ਰੂਰੀ ਹੈ ਅਕਾਲ ਦਾ ਭਾਵ ਸ਼ਾਇਦ ਸਾਰਿਆਂ ਨੂੰ ਪਤਾ ਹੋਣਾ ਅਕਾਲ ਜੋ ਕਾਲ ਤੋਂ ਰਹਿਤ ਹੁੰਦਾ ਜਿਹਦੇ ਤੇ ਕਾਲ ਦਾ ਅਸਰ ਨਹੀਂ ਸਮੇਂ ਦਾ ਅਸਰ ਨਹੀਂ ਵੀ ਕਹਿ ਸਕਦੇ ਹਾਂ ਜਾਂ ਮੌਤ ਦਾ ਅਸਰ ਨਹੀਂ ਕੋਈ ਤੇ ਅਕਾਲ ਦੇ ਨਾਲ ਮੂਰਤ ਵੀ ਆ ਗਿਆ ਮੂਰਤ ਦਾ ਭਾਵ ਉਹ
ਕੋਈ ਧੂੰਆਂ ਨਹੀਂ ਹੈਗਾ ਕਿ ਉਹ ਬਸ ਉੱਦਾਂ ਹੀ ਇੱਕ ਐਨਰਜੀ ਹੈ, ਜਿਵੇਂ ਸਾਇੰਸ ਕਹਿੰਦੀ ਹੈ ਨਾ ਇੱਕ ਕੌਸਮਿਕ ਐਨਰਜੀ ਹੈ, ਬਸ ਉਹ ਸਿਰਫ ਇੱਕ ਕੌਸਮਿਕ ਐਨਰਜੀ ਨਹੀਂ, ਉਹ ਮੂਰਤੀਵਾਨ ਹੈ, ਉਹਦੀ ਮੂਰਤ ਹੈ, ਕੋਈ ਹੈ ਡਰੈਗਨ ਇਸ ਸੰਸਾਰ ਤੋਂ ਉੱਪਰ ਹੈ, ਪਰ ਉਹਦਾ ਉਹ ਮੂਰਤੀਵਾਨ ਹੈ, ਉਹ ਇੱਕ ਪਰਸਨ ਹੈ ਜਿਹੜਾ ਕਿ ਸਾਰਾ ਕੁਛ ਦੇਖਦਾ, ਸੋਚਦਾ ਵਾ, ਬਾਣੀ ਗੁਰਬਾਣੀ 'ਚ ਜਪਜੀ ਸਾਹਿਬ ਗੁਰੂ ਸਾਹਿਬ ਕਹਿੰਦੇ ਕਰ ਕਰ ਦੇਖਿਆ, ਕਰ ਕਰਕੇ ਉਹ ਦੇਖਦਾ ਵਾ, ਵਿਚਾਰ ਕਰਦਾ ਹਰੇਕ ਕਰਨ ਦਾ, ਸੋ ਇੱਕ ਪਰਸਨ ਹੈ ਜਿਹੜਾ ਸਾਰਾ ਕੁਛ ਦੇਖਦਾ, ਨਿਰਭਉ ਉਹਦੇ ਵਿੱਚ ਗੁਣ ਦੇ ਸਾਰੇ ਜਿਹੜੇ ਬਾਣੀ 'ਚ ਦੱਸੇ ਨੇ, ਸੋ ਅਕਾਲ ਮੂਰਤ ਆ। ਅੱਗੇ ਹੋਰ ਗੁਣ ਵਾਹਿਗੁਰੂ ਜੀ ਨੇ ਦੱਸਿਆ, ਜੂਨੀ ਹੈ, ਜੂਨਾਂ ਤੋਂ ਰਹਿਤ ਹੈ, ਸਹਿਬ ਭਾਵ ਗੁਰਪ੍ਰਸਾਦ, ਗੁਰਪ੍ਰਸਾਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਨੇ ਕਿਹਾ ਅਕਾਲ ਗੁਰਪ੍ਰਸਾਦ, ਪ੍ਰਸਾਦ ਦਾ ਭਾਵ ਇੱਥੇ ਉਹ ਨਹੀਂ ਪ੍ਰਸ਼ਾਦ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਲੈ ਕੇ ਆ ਕੇ ਲੈਂਦੇ ਹਾਂ, ਉਹ ਪ੍ਰਸ਼ਾਦ ਹੁੰਦਾ, ਇਹ ਹੈਗਾ ਪ੍ਰਸਾਦ। ਪ੍ਰਸਾਦ ਦਾ ਭਾਵ ਕਿਰਪਾ ਰਾਹੀਂ, ਪ੍ਰਸਾਦ ਦੇ ਦੱਦੇ ਨੂੰ ਜਿਹੜੀ ਸਿਹਾਰੀ ਲੱਗੀ ਹੈ ਤੁਸੀਂ ਪੜ੍ਹੋਗੇ, ਸਿਹਾਰੀ ਦਾ ਭਾਵ ਇੱਥੇ ਰਾਹੀਂ ਦਾ ਨਿਕਲਣਾ। ਸੋ ਅਕਾਲ ਗੁਰੂ ਉੱਥੇ ਜਿਹੜੇ ਗੁਰੂ ਸਾਹਿਬ ਜੀ ਦੀ ਕਿਰਪਾ ਰਾਹੀਂ ਮਿਲਦੇ ਆ ਗੁਰਪ੍ਰਸਾਦ। ਸੋ ਜਿਹੜਾ ਉਹ ਜਿਹੜਾ ਲਕਸ਼ ਸੀਗਾ ਪਹਿਲਾਂ ਆਪਾਂ ਡਿਸਕਸ ਕੀਤਾ ਸੀ, ਭਾਈ ਪ੍ਰਾਪਤ ਮਾਨ ਦੇ ਹੋਈ ਆ, ਗੋਬਿੰਦ ਮਿਲਣ ਕਿਸੇ ਦੇ ਕਰੀ ਆ, ਉਹ ਜਿਹੜਾ ਮਿਲਣ ਆ ਉਹ ਇੱਥੇ ਗੁਰਪ੍ਰਸਾਦ ਕਿਹਾ, ਸਮਝੇ ਮਿਲਾਪ ਆ ਜਿਹੜਾ ਉਹ ਗੁਰੂ ਦੀ ਕਿਰਪਾ ਰਾਹੀਂ ਆ। ਸੋ ਇੱਥੋਂ ਅੱਗੇ ਆਪਣੇ ਵਿਚਾਰ ਸ਼ੁਰੂ ਹੁੰਦੀ ਹੈ, ਜਿੱਦਾਂ ਹੁਣ ਆਪਾਂ ਨੇ ਲਕਸ਼ ਦੀ ਗੱਲ ਕੀਤੀ ਆ, ਉਹਦੇ ਵਿੱਚ ਆਪਣੇ ਸਮਝਿਆ ਕਿ ਆਪਾਂ ਨੇ ਵਾਹਿਗੁਰੂ ਨੂੰ ਮਿਲਣਾ, ਪਰ ਮਿਲਣਾ ਕਿੱਦਾਂ, ਉਸ ਮਿਲਣ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਗੁਰੂ ਸਾਹਿਬ ਦਾ। ਜਿੱਦਾਂ ਵਿਚਾਰ ਕੀਤੀ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਮ, ਜਦੋਂ ਪਰਮਾਤਮਾ ਨੇ ਆਪਣਾ ਆਪ ਸਾਜਿਆ, ਨਾਮ ਨੂੰ ਸਾਜਿਆ, ਉਸੇ ਟਾਈਮ ਵਾਹਿਗੁਰੂ ਨੇ ਆਪਣਾ ਗੁਰੂ ਰੂਪ ਵੀ ਸਾਜਿਆ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਵਰ ਦੇ ਵਿੱਚ ਕੋਈ ਭੇਦ ਨਹੀਂ। ਹੁਣ ਦੇਖੋ ਆਪਾਂ ਇਸ ਸੰਸਾਰ ਦੇ ਵਿੱਚ ਆਇਆ, ਆਪਾਂ ਨੂੰ ਨਹੀਂ ਪਤਾ ਕਿ ਅਸੀਂ ਕਿੱਥੋਂ ਆਇਆ, ਸਾਨੂੰ ਨਹੀਂ ਪਤਾ ਕਿ ਕਿੱਥੇ ਜਾਣਾ, ਸਾਨੂੰ ਨਹੀਂ ਪਤਾ ਕਿ ਮਾਇਆ ਕਿੱਦਾਂ ਵਰਤ ਰਹੀ ਹੈ, ਕਿ ਸਾਡੇ ਦੁੱਖਾਂ ਦਾ ਕਾਰਨ ਕੀ ਹੈ। ਅਸੀਂ ਤਾਂ ਬਿਲਕੁਲ ਅਣਜਾਣ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਇਨਸਾਨ, ਇੱਥੇ ਚਾਨਣ ਹੁੰਦੇ ਹਾਂ ਗੁਰੂ ਬਿਨਾਂ ਘੋਰ ਉਧਾਰ। ਕਿਹੜੇ 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 ਹਨੇਰੇ ਦੀ ਗੱਲ ਕੀਤੀ ਹੈ, ਉਹ ਅੰਦਰਲਾ ਹਨੇਰਾ ਕਿ ਸਾਨੂੰ ਕੁਛ ਵੀ ਨਹੀਂ ਪਤਾ, ਸਾਨੂੰ ਨਹੀਂ ਪਤਾ ਇਸ ਦੇਸ਼ ਦੇ ਅੰਦਰ ਕਿਹੜੇ ਪੰਜ ਚੋਰ ਵਸਦੇ ਨੇ, ਹੈ ਨਾ। ਅਤੇ ਇਸ ਨੂੰ ਸਮਝਣ ਲਈ ਇਹ ਸਾਰਾ ਕੁਛ ਸਾਨੂੰ ਕਿੱਥੋਂ ਪਤਾ ਲੱਗਦਾ, ਸਾਨੂੰ ਗੁਰੂ ਸਾਹਿਬ ਦੱਸਦੇ ਨੇ, ਸਾਨੂੰ ਗੁਰੂ ਸਾਹਿਬ ਦੱਸਦੇ ਨੇ ਵਾਹਿਗੁਰੂ ਦੀ ਕੀ ਹਸਤੀ ਹੈ, ਕਿ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਦਿਆਲ ਹੈ, ਕਿਰਪਾਲੂ ਆ, ਉਹਦੇ ਕਿੰਨੇ ਮਹਾਨ ਗੁਣ ਨੇ। ਹੁਣ ਕਿਸੇ ਦੇ ਵਿੱਚ ਜੇ ਬਿਨ ਗੁਣ ਕੀਤੇ ਭਗਤ ਨਾ ਹੋਵੇ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਹੁਣ ਮੈਂ ਤੁਹਾਨੂੰ ਗੁਣਾਂ ਦੀ ਐਗਜ਼ਾਮਪਲ ਦਿੰਦਾ, ਜਿੱਦਾਂ ਜੇ ਆਪਾਂ ਨੇ ਪਰਮਾਤਮਾ ਨੂੰ ਮਿਲਣਾ, ਆਪਣੇ ਲਕਸ਼ ਤੱਕ ਪਹੁੰਚਣਾ, ਜਿਹੜੇ ਗੁਣ ਵਾਹਿਗੁਰੂ ਜੀ ਦੇ ਵਿੱਚ ਨੇ ਉਹ ਆਪਾਂ ਨੂੰ ਆਪਣੇ ਅੰਦਰ ਲੈ ਕੇ ਆਉਣੇ ਪੈਣਗੇ, ਉਹ ਆਪਾਂ ਨੂੰ ਧਾਰਨ ਕਰਨੇ ਪੈਣਗੇ, ਕਿਉਂਕਿ ਗੁਣਾਂ ਤੋਂ ਬਿਨਾਂ ਕਿਸੇ ਨਾਲ ਪ੍ਰੇਮ ਨਹੀਂ ਬਣਦਾ। ਅਤੇ ਜਿੱਦਾਂ ਇੱਕ ਦੇਖੋ ਤੁਸੀਂ, ਮੈਂ ਤੁਹਾਨੂੰ ਥੋੜ੍ਹਾ ਜਿਹਾ ਦ੍ਰਿਸ਼ਟਾਂਤ ਦੇ ਕੇ ਦੱਸਦਾ। ਇੱਕ ਬੰਦਾ ਬਹੁਤ ਸ਼ਰਾਬ ਪੀਂਦਾ, ਉਹ ਜੂਆ ਵੀ ਖੇਡਦਾ, ਮਾੜੇ ਕੰਮ ਵੀ ਕਰਦਾ, ਅਤੇ ਦੂਜੇ ਪਾਸੇ ਇੱਕ ਗੁਰਮੁਖ ਆ, ਉਹ ਨਾਮ ਜਪਦਾ, ਬਾਣੀ ਪੜ੍ਹਦਾ, ਦਾਨ ਪੁੰਨ ਕਰਦਾ, ਕਿ ਉਹ ਦੋਨਾਂ ਦੀ ਦੋਸਤੀ ਹੋ ਸਕਦੀ ਹੈ? ਨਹੀਂ ਹੋ ਸਕਦੀ, ਕਿਉਂਕਿ ਉਹ ਉਹਦੇ ਕੋਈ ਹੋਰ ਔਗਣ ਨੇ, ਉਹਦੇ ਕੋਈ ਹੋਰ ਗਣ ਨੇ। ਜੇ ਦੋਨੇ ਇਕੱਠੇ ਵੀ ਹੋਣਗੇ ਨਾ, ਤਾਂ ਸ਼ਰਾਬੀ ਨੇ ਤਾਂ ਇਹੀ ਕਹਿਣਾ, ਤੂੰ ਕੀ ਪਖੰਡ ਕਰ ਰਿਹਾ, ਤੂੰ ਆਪਣੀ ਲਾਈਫ ਇੰਜੋਏ ਕਰ, ਤੂੰ ਕਿੱਥੇ ਕਿਹੜੇ ਕੰਮਾਂ 'ਚ ਫਸਿਆ ਹੋਇਆ, ਚਾਰ ਦਿਨ ਦੀ ਜ਼ਿੰਦਗਾਨੀ ਹੈ, ਹੱਸ ਖੇਡ ਕੇ ਕੱਢ। ਅਤੇ ਗੁਰਮੁਖ ਨੇ ਕੀ ਕਹਿਣਾ, ਉਹਨੇ ਕਹਿਣਾ ਭਾਈ ਤੂੰ ਮਾੜੇ ਕੰਮ ਛੱਡ ਦੇ, ਦਾਰੂ ਨੇ ਤੇਰਾ ਸਰੀਰ ਦਾ ਨੁਕਸਾਨ ਕਰ ਦੇਣਾ, ਤੇਰੇ ਘਰ 'ਚ ਕਲੇਸ਼ ਹੈ, ਅਤੇ ਉਹਨਾਂ ਦੀ ਕਦੇ ਮਿੱਤਰਤਾ ਨਹੀਂ ਹੋ ਸਕਦੀ। ਜਾਂ ਉਹ ਆਪਣੇ ਵੱਲ ਨੂੰ ਖਿੱਚੂ, ਜਾਂ ਦੂਜਾ ਆਪਣੇ ਵੱਲ ਨੂੰ ਖਿੱਚੂ। ਜੇ ਅਭੇਦਤਾ ਚਾਹੀਦੀ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਜਿਹੜੇ ਬਾਣੀ ਦੇ ਵਿੱਚ ਗੁਣ ਨੇ ਨਾ, ਉਹਨਾਂ ਨੂੰ ਕਹਿ ਕਹਿ ਕੇ। ਹੁਣ ਅਸੀਂ ਪਿੱਛੇ ਜੇ ਵੀਡੀਓ ਕੱਢੀ ਸੀ ਇੱਕ, ਕਿ ਕੀ ਅਕਾਲ ਪੁਰਖ ਨੂੰ ਆਪਣੀ ਖੁਸ਼ਾਮਦ ਪਸੰਦ ਹੈ, ਕਿਉਂਕਿ ਅਸੀਂ ਵਾਰ ਵਾਰ ਇਹੀ ਕਹਿੰਦੇ ਹਾਂ ਕਿ ਅਕਾਲ ਪੁਰਖ ਦੀ ਵਡਿਆਈ ਕਰਨੀ ਚਾਹੀਦੀ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਅਤੇ ਕਈ ਸਾਨੂੰ ਸਵਾਲ ਵੀ ਆਏ ਕਿ ਗੁਰਸਿੱਖਾਂ ਦੇ ਮਨ ਦੇ ਵਿੱਚ ਇਹ ਸੰਸਾ ਪੈਦਾ ਹੋਇਆ ਕਿ ਵਾਹਿਗੁਰੂ ਨੂੰ ਆਪਣੀ ਸਿਫਤ ਸਲਾਹ ਪਸੰਦ ਹੈ, ਕਿ ਵਾਹਿਗੁਰੂ ਆਪਣੀ ਵਡਿਆਈ ਪਸੰਦ ਕਰਦਾ। ਨਹੀਂ ਭਾਈ, ਇੱਦਾਂ ਗੱਲ ਨਹੀਂ ਹੈ। ਜਿੱਦਾਂ ਜੇ ਕੋਈ ਕਹੇ ਪਰਮਾਤਮਾ ਨੂੰ ਕਿ ਪਰਮਾਤਮਾ ਵੱਡਾ ਹੈ, ਕਿ ਉਹਦੇ ਨਾਲ ਪਰਮਾਤਮਾ ਵੱਡਾ ਹੋ ਜੂਗਾ? ਨਹੀਂ, ਪਰਮਾਤਮਾ ਤਾਂ ਪਹਿਲਾਂ ਹੀ ਬਹੁਤ ਵੱਡਾ। ਜਿਹੜਾ ਕੋਈ ਪਰਮਾਤਮਾ ਨੂੰ ਵੱਡਾ ਵੱਡਾ ਕਹੂਗਾ, ਉਹ ਆਪ ਵੱਡਾ ਹੋ ਜਾਂਦਾ।
जो परमात्मा निरपौ निरपौ करके जानता वह आप निरपौ हो जाता। इस तरह जिसते वाहेगुरु जी खुश होंगे ने की निशानी है उन्होंने गुरु मिला जिस नजर करे किस गुरु मिलाए क्योंकि गुरु साहब मिलाते हैं। जो गुरु साहब खुश होंगे ने फिर वह परमात्मा मिलाते हैं। इस करके परमात्मा ने एक विधान बना दिता कि वाहेगुरु है जो निरपौ निरवैर अकाल मूर्ख दयालु कृपालु वाहेगुरु है ना वो गुर प्रसाद करके है गुरु की कृपा के नाल मिलता उंज नहीं मिलता। इस करके गुरु साहब की कृपा लैनी गुरु साहब की खुशी लैनी बहुत जरूरी है। हम जिदा कहते हैं कि परमात्मा गुरु को मिला दिता तो हम गुरु को मिलना की है जे आप गुरुद्वारे आ गए गुरु ग्रंथ साहब जी के दर्शन किए कि इदा गुरु को मिलना हो जाता नहीं। गुरु को मिलता एक विधान आ एक नीति बनाई है एक मर्यादा चलती अपने पंथ के जिमें गुरु गोबिंद सिंह जी ने पंथ साजा से फिर उन्होंने खंडे बाटे की पौल छकाने की मर्यादा शुरू की थी। गुरु के दर से आके सीस देना पैदा फिर अमृत की दात मिलती है फिर गुरु घर हुंदा फिर गुरु साहब अपना गुरु चेला बनते हैं अपना सिख बना लेंगे। हम सिर देने का इतने की मतलब हों सिर देने का पहला मतलब यह आ कि जे अपने गुरु साहब कहते हैं भी की करना है कहते जी अमृत छकना है अमृत छकने लिए तो सिर देना पैदा हाँ जी मैं दे दूंगा मैं सिर लिए देने तैयार सच्ची हम तो सिर तो नहीं लेंगे गुरु साहब वचन लेंगे उतो वचन के आप कहें हाँ जी असं तैयार हाँ सिर दिता जे आप अपना सिर ही दिता सिर इस शरीर का श्रोमी हिस्सा जे आप सिर ही गुरु साहब देता तो जिदा गड्डी का ड्राइवर आप किसी होर थाप दीए तो जिधर वो स्टेयरिंग जिसे हाथ स्टेयरिंग आओ ही गड्डी चलाऊ। इस तरह जे आप देता तो देने का मतलब की हो गया जे गुरु साहब कहते हैं कि अमृत वेले उठो भाई फिर आप आलस कर सकते हैं आप कह सकते हैं कि सत तो उठ नहीं होंगे जे नहीं उठा फिर तुम्हें सिर दिता कि नहीं दिता। जे गुरु साहब कहते हैं नितनेम करो जे असं नितनेम नहीं करते फिर भी सिर दिता नहीं मनिया गया फिर सिर तुम मर्जी तो अपनी कर रहे हो जिन्होंने सिर दिता वह हुक्म मनना चाहिए। दूजा मतलब यह है कि जे आपने सिर गुरु साहब को दे ही दिता तो सिर एक गुरु साहब का अमानत है साढ़े को जो भी पंथ से भीड़ बने जो गुरु साहब को सिर की लड़ पवे तो आपको हाजिर होना चाहिए सिर देने लिए हमेशा तत्पर रहना चाहिए। तो तीजा मतलब यह है कि गुरु साहब जी हूँ जो सिर दिता गुरु साहब जी सेवा कराते हैं सिमरन कराते हैं होर धार्मिक कार्य कराते हैं कि वह आप होमे ले सकते हैं कि मैं करना सिर तो आपने गुरु साहब देता से तो सारे काम तो गुरु साहब ही करवा रहे हैं थोड़े को। इस करके आपको होमे का लेस नहीं होना चाहिए कि मैं करना हूँ आप गुरु साहब दस देंगे ने वाहेगुरु जी बारे सारे को दसते हैं कि वाहेगुरु जी इदा दे ने उन्हों का यह रूप आ हूँ जिदा असं कनेडा के रहने तो एक छोटी जी मैं स्टोरी दसदा तो कनेडा के अपने वागू गुरु साहब तो पुछते नहीं अंधे ने उन्होंने पता नहीं पर फिर भी अपना दिमाग यूज करते हैं। तो कनेडा के साइंटिस्ट थी जो विज्ञानिक होंगे ने खोज करते उन्होंने एक विज्ञानी सी तो खोज करते जिदा ब्रह्मांड की खोज करते हैं सारी सृष्टि की कितना ने कितना तारे ने वो खोज कर रहा से खोज करते करते उन्हें सोचा भी इस सृष्टि के जरूर कोई बनाने वाला होना मैनू लगता नहीं कि यह इदा ही बन गया। इदा कहते हैं कि एक ब्लास्ट होया उहदे नाल सारी सृष्टि बन गई इदा ही कहते हैं ना। तो वह विज्ञानी कहता भी मैनू लगता नहीं है वह अपने जिहड़े होर विज्ञानी मित्र से ना उन्होंने चलिया गया उत्थे जाके उन्होंने कहता कहता भी जरूर इस सृष्टि को बनाने वाला कोई हैगा भी आपां उहदी खोज करिए कहता भी तू कमला हो गया पागल हो गया भी इदा साइंस तो मनती नहीं हैगी भी तू इहदियां कहदियां झलियां गल्लां करदा वो हटे ना कहना नहीं आप यही खोज ना करिए जी करते छड के आप बनाने वाले की खोज करिए आप सारा कुछ पता लगू वो कहते भी ये पागल हो गया बाहर कटो अपनी सोसायटी के बाहर कटो उन्होंने बाहर कट देंगे वो कहता भी मैं साबित करना फिर वो की करता कि एक तरखान को मिस्त्री को चलाया जाता उन्होंने कहता मिस्त्री बहुत तकड़ा सी उन्होंने दसदा कि मैं आप फलाना साइंटिस्ट का तब बहुत खुश होंगे भी बहुत नाम होंगे बंदे का जो को कहता तू इदा कर कि सृष्टि का मॉडल तैयार करके मैनू दे उदा ही धरती बना फुल बूटे पेड़ पौधे सारा कुछ बना दे चंद सूरज तारे मैं बिल्कुल ओरिजिनल लगे मिस्त्री बहुत कारीगर से उन्हें उदा ही सारा कुछ बनाता
ਉੱਦਾਂ ਹੀ ਬਣਾ ਕੇ ਉਹਨੇ ਜਦੋਂ ਜਾ ਕੇ ਆਪਣੇ ਆਫਿਸ 'ਚ ਰੱਖਿਆ ਅਤੇ ਸਾਰੇ ਸੱਦ ਲਏ, ਫਿਰ ਮੀਟਿੰਗ ਕੀਤੀ, ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ। ਹਾਂਜੀ, ਕਹਿੰਦੇ ਦੱਸੋ। ਜਦੋਂ ਸਾਰੇ ਇਕੱਠੇ ਹੋ ਗਏ, ਜਦੋਂ ਦੇਖਦੇ ਨੇ ਉੱਥੇ ਆਫਿਸ 'ਚ ਆਉਂਦੇ ਨੇ, ਕਹਿੰਦੇ ਆਹ ਬਹੁਤ ਸੋਹਣਾ ਬਣਿਆ ਪਿਆ ਇਹ, ਕਹਿੰਦਾ ਇੰਨੀ ਵਧੀਆ ਕਾਰੀਗਰੀ ਕਿਹਨੇ ਕੀਤੀ ਆ? ਉਹ ਕਹਿੰਦਾ ਕਿਸੇ ਨੇ ਨਹੀਂ ਕੀਤੀ, ਇਹ ਤਾਂ ਆਪ ਹੀ ਬਣ ਗਿਆ। ਕਹਿੰਦਾ ਨਹੀਂ, ਕਿਸੇ ਨੇ ਤਾਂ ਬਣਾਇਆ ਹੋਊ। ਕਹਿੰਦਾ ਨਹੀਂ, ਕਿਸੇ ਨੇ ਨਹੀਂ ਬਣਾਇਆ, ਕਹਿੰਦਾ ਆਪ ਹੀ ਬਣ ਗਿਆ ਇਹ। ਕਹਿੰਦਾ ਤੁਸੀਂ, ਉਹ ਕਹਿੰਦਾ ਤੂੰ ਪਾਗਲ ਆ, ਆਪ ਹੀ ਕਿੱਦਾਂ ਬਣ? ਉਹ ਕਹਿੰਦਾ ਪਾਗਲ ਮੈਂ ਨਹੀਂ, ਪਾਗਲ ਤੁਸੀਂ ਹੋ। ਜਿਹੜੀ ਏਡੀ ਸ੍ਰਿਸ਼ਟੀ ਆਪਣੇ ਆਪ ਕਿੱਦਾਂ ਬਣ ਗਈ? ਇਹ ਚੰਦ ਸੂਰਜ ਆਪਣੇ ਆਪ ਕਿੱਦਾਂ ਘੁੰਮਣ ਲੱਗ ਗਈ? ਇਹ ਸੂਰਜ ਇੰਨੀ ਵਿੱਚ ਤੇ ਕਿੱਦਾਂ ਖੜਾ ਕਿ ਪੂਰੀ ਉੱਨੀ ਕੁ ਗਰਮੀ ਦੇ ਰਿਹਾ ਜਿੰਨੀ ਸਾਨੂੰ ਲੋੜ ਆ? ਇਹ ਦਿਨ ਰਾਤ ਕਿੱਦਾਂ ਬਦਲਨੇ ਨੇ? ਇਸ ਕਰਕੇ ਉਹਨਾਂ ਨੂੰ ਵੀ ਸਮਝ ਹੈ। ਆਪਾਂ ਨੂੰ ਆਪਣੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ, ਆਪਾਂ ਨੂੰ ਤਾਂ ਕਿੰਨਾ ਗਿਆਨ ਦਿੰਦੇ ਨੇ। ਉਹ ਤਾਂ ਸਿਰਫ ਇੰਨਾ ਕੀ ਸੋਚ ਰਹੇ ਨੇ ਕਿ ਕੋਈ ਕਰਤਾ ਹੈ, ਉਹਨੂੰ ਕਰਤੇ ਬਾਰੇ ਪਤਾ ਨਹੀਂ ਕਿ ਕੌਣ ਕਰਤਾ। ਸਾਨੂੰ ਗੁਰੂ ਸਾਹਿਬ ਇੱਥੇ ਦੱਸ ਰਹੇ ਨੇ ਕਿ ਕਰਤਾ ਕੌਣ ਹੈ ਅਤੇ ਤੁਸੀਂ ਕਰਤੇ ਨਾਲ ਕਿੱਦਾਂ ਮਿਲਣਾ। ਇਸ ਕਰਕੇ ਆਪਾਂ ਗੁਰੂ ਸਾਹਿਬ ਗ੍ਰੰਥ ਸਾਹਿਬ ਬਾਣੀ ਵੱਧ ਤੋਂ ਵੱਧ ਪੜ੍ਹੀਏ ਅਤੇ ਤਾਂ ਕਿ ਗਿਆਨ ਮਿਲੇ ਸਾਨੂੰ। ਜਿਵੇਂ ਅਸੀਂ ਪਹਿਲਾਂ ਬੇਨਤੀ ਕਰ ਰਹੇ ਸੀਗੇ ਕਿ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਇੱਥੇ ਕਰ ਕੀ ਆਏ ਹਾਂ। ਦੇਖੋ, ਜੇ ਆਪਾਂ ਅਸੀਂ ਤੁਹਾਨੂੰ ਨੌਜਵਾਨਾਂ ਨੂੰ ਪ੍ਰਸ਼ਨ ਦਿੰਦੇ ਹਾਂ ਕਿ ਤੁਸੀਂ ਇੱਥੇ ਕੀ ਕਰਨਾ ਹੈ, ਤੁਸੀਂ ਕੀ ਕਰਨਾ, ਤੁਹਾਡੇ ਹੋ ਕੀ ਬਣਨਾ ਹੈ, ਸਾਨੂੰ ਇਹੀ ਦੱਸ ਦਿੰਦੇ ਕਿ ਅਸੀਂ ਵੀ ਪੜ੍ਹਾਂਗੇ, ਅਸੀਂ ਜਾ ਕੇ ਫਿਰ ਨੌਕਰੀ ਕਰਾਂਗੇ, ਬੈਠੇ ਕਿਸੇ ਰੁਤਬੇ ਤੱਕ ਪਹੁੰਚਾਂਗੇ, ਜਾਂ ਅਸੀਂ ਬਾਹਰ ਜਾਵਾਂਗੇ, ਕੈਨੇਡਾ ਜਾਵਾਂਗੇ, ਜਾਂ ਅਸੀਂ ਅਫਸਰ ਬਣਾਂਗੇ, ਅਤੇ ਜਾਂ ਕੋਈ ਸਾਇੰਟਿਸਟ ਬਣਨਾ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ। ਪਰ ਗੁਰੂ ਸਾਹਿਬ ਸਾਨੂੰ ਕੀ ਦੱਸਦੇ ਨੇ? ਗੁਰੂ ਸਾਹਿਬ ਕਹਿੰਦੇ ਨੇ, ਆਇਓ ਪੜ੍ਹਨ ਸੁਣਨ ਕੋ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਇੱਥੇ ਜੇ ਆਪਾਂ ਦੁਨੀਆਂ 'ਤੇ ਆਏ, ਸਾਡਾ ਮਕਸਦ ਇਹ ਆ, ਗੁਰੂ ਸਾਹਿਬ ਸਾਨੂੰ ਗੁਰਬਾਣੀ ਦਿੱਤੀ ਹੋਈ ਆ। ਜਿਵੇਂ ਪਾਤਸ਼ਾਹ ਦੱਸਦੇ ਸੀਗੇ ਵੀ ਅਸੀਂ ਵਾਹਿਗੁਰੂ ਨੂੰ ਜਾਣ ਨਹੀਂ ਸਕਦੇ, ਸਾਡੇ ਕੋਲ ਸਿਰਫ ਗੁਰੂ ਸਾਹਿਬ ਦੇ, ਸਾਡੇ ਸਾਹਮਣੇ ਗੁਰੂ ਸਾਹਿਬ ਦੇ, ਅਸੀਂ ਗੁਰੂ ਸਾਹਿਬ ਜਾ ਕੇ ਪੁੱਛੀਏ ਅਤੇ ਗੁਰਬਾਣੀ ਪੜ੍ਹ ਕੇ ਤਾਂ ਸਾਨੂੰ ਗਿਆਨ ਹੋ ਸਕਦਾ ਕਿ ਵਾਹਿਗੁਰੂ ਜੀ ਕੌਣ ਹੈ। ਜਿਵੇਂ ਕੋਈ ਕੁੜੀ ਆ, ਉਹਦੇ ਉਹਦਾ ਵਿਆਹ ਬਣਾਉਂਦੇ ਅਤੇ ਉਹਨੇ ਕਦੇ ਆਪਦਾ ਪਤੀ ਦੇਖਿਆ ਨਹੀਂ, ਸੋ ਉਹ ਕਿਵੇਂ ਜਾਣ ਸਕਦੀ ਹੈ ਉਹਦਾ ਪਤੀ ਕਿਵੇਂ ਆ, ਵਿਆਹ ਤੋਂ ਬਾਅਦ ਕਿਵੇਂ ਹੁੰਦਾ, ਲਾਈਫ ਕਿੱਦਾਂ ਹੁੰਦੀ ਹੈ, ਵਿਆਹ ਤੋਂ ਬਾਅਦ ਉਹਨੂੰ ਤਾਂ ਕੋਈ ਗਿਆਨ ਹੋ ਨਹੀਂ ਸਕਦਾ, ਉਹ ਆਪੇ ਕਿਵੇਂ ਪਤਾ ਕਰ ਲੂਗੀ, ਆਪ ਪਤਾ ਕਰ ਨਹੀਂ ਸਕਦੀ। ਉਹ ਫਿਰ ਜਿਹੜੀਆਂ ਸੁਹਾਗਣਾਂ ਹੁੰਦੀਆਂ ਨੇ ਉਹਨੂੰ ਪੁੱਛਦੀ ਹੈ ਜਾ ਕੇ, ਜੀ ਮੇਰਾ ਪਤੀ ਕਿੱਦਾਂ ਦਾ ਹੋਊਗਾ, ਉਹਦਾ ਸੁਭਾਅ ਕਿੱਦਾਂ ਦਾ ਆ, ਵੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਕਿਵੇਂ ਸੀ, ਬਾਅਦ 'ਚੋਂ ਮੈਰਿਜ ਕਿੱਦਾਂ ਦੀ ਹੁੰਦੀ ਹੈ, ਤਾਂ ਉਹ ਤਿਆਰੀਆਂ ਕਰ ਸਕਦੀ ਹੈ। ਇੱਥੇ ਸਾਨੂੰ ਗੁਰੂ ਸਾਹਿਬ ਦੱਸਦੇ ਨੇ, ਸੁਹਾਗ ਦੀਆਂ ਕਰਨ ਕਮਾ ਹੁੰਦੀ ਆ, ਸਹੀ ਕੰਮ ਕਰੇ। ਇੱਥੇ ਵੀ ਆਪਾਂ ਜਿਹੜੀ ਆਪਣੀ ਜੀਵਾਤਮਾ ਆ ਉਹਦਾ ਪਤੀ ਵਾਹਿਗੁਰੂ ਆ, ਇੱਥੇ ਸਾਡਾ ਮਿਲਾਪ ਹੋਣਾ ਵਾਹਿਗੁਰੂ ਜੀ ਨਾਲ ਅਤੇ ਮਿਲਾਪ ਕਰਾਉਣਾ ਗੁਰੂ ਸਾਹਿਬ ਨੇ, ਕਿਉਂਕਿ ਜਿਹੜਾ ਵਾਹਿਗੁਰੂ ਨੂੰ ਮਿਲਿਆ ਹੋਵੇ, ਵਾਹਿਗੁਰੂ ਨੂੰ ਜਾਣਦਾ ਹੋਵੇ, ਵਾਹਿਗੁਰੂ ਦਾ ਸਾਰਾ ਭੇਤੀ ਹੋਵੇ, ਉਹ ਇਸ ਨੂੰ ਦੱਸ ਸਕਦਾ ਕਿ ਵਾਹਿਗੁਰੂ ਜੀ ਨੇ ਖੁਸ਼ ਕਿਵੇਂ ਹੋਣਾ, ਉਹੀ ਲੈ ਕੇ ਜਾ ਸਕਦਾ ਵਾਹਿਗੁਰੂ ਜੀ ਕੋਲ। ਅਤੇ ਇਹੀ ਤਾਂ ਕਾਰਨ ਆ ਗੁਰਬਾਣੀ ਜੀ ਦਾ ਇੱਥੇ ਆਉਣ ਦਾ, ਜੇ ਹੋਰ ਬਾਕੀ ਸਭ ਧਰਮਾਂ ਰਾਹੀਂ ਵਾਹਿਗੁਰੂ ਨੂੰ ਮਿਲੇ ਜਾ ਸਕੇ, ਫਿਰ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਆਉਣਾ ਕੋਈ ਮਤਲਬ ਨਹੀਂ ਰੱਖਦਾ। ਜੇ ਗੁਰੂ ਨਾਨਕ ਜੀ ਧਰਤੀ 'ਤੇ ਆਏ ਨੇ ਤਾਂ ਉਹਦਾ ਕੋਈ ਕਾਰਨ ਸੀਗਾ, ਉਹਨਾਂ ਕੋਲ ਵਿਸ਼ਿਸ਼ ਸੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰਬਾਣੀ ਦੱਸਦੀ ਆ ਕਿ ਗੁਰੂ ਨਾਨਕ ਦੇਵ ਜੀ ਆਪ ਵਾਹਿਗੁਰੂ ਨੇ, ਆਪ ਵਾਹਿਗੁਰੂ ਨੇ ਆਪਦਾ ਗੁਰੂ ਰੂਪ ਧਾਰਨ ਕਰਕੇ ਇੱਥੇ ਧਰਤੀ 'ਤੇ ਆਏ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੋ ਜੇ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਤੋਂ ਸਿੱਧੇ ਆਏ ਨੇ ਤਾਂ ਗੁਰੂ ਨਾਨਕ ਦੇਵ ਜੀ ਹੀ ਸਾਨੂੰ ਵਾਹਿਗੁਰੂ ਜੀ ਨਾਲ ਮਿਲਾਪ ਕਰ ਸਕਦੇ ਨੇ। ਸੋ ਗੁਰੂ ਸਾਹਿਬ ਨੇ ਕਿਵੇਂ ਖੁਸ਼ ਕਰੀਦਾ? ਜੇ ਗੁਰੂ ਸਾਹਿਬ ਖੁਸ਼ ਹੋਣਗੇ ਤਾਂ ਹੀ ਅਸੀਂ ਵਾਹਿਗੁਰੂ ਨੂੰ ਮਿਲਾਂਗੇ, ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਵਾਹਿਗੁਰੂ ਜੀ ਕਿੱਦਾਂ ਦੇ ਨੇ। ਗੁਰੂ ਸਾਹਿਬ ਦੀ ਪੂਰੀ ਪ੍ਰਾਪਤੀ ਕਰਕੇ ਪਹਿਲਾਂ ਆਪਾਂ ਜਿਵੇਂ ਪੈਸੇ ਜੇ ਕਿਹਾ ਸੀ ਕਿ ਆਪਾਂ ਸੀਸ ਦੇਣਾ ਗੁਰੂ ਸਾਹਿਬ ਨੂੰ, ਆਪਾਂ ਹੁਣ ਮੱਥਾ ਟੇਕਦੇ ਹਾਂ ਜਾਂ ਅੰਮ੍ਰਿਤ ਛਕ ਦੇ, ਜੋ ਅੰਮ੍ਰਿਤ ਛਕਣ ਵੇਲੇ ਸਾਨੂੰ ਗੁਰੂ ਸਾਹਿਬ ਤੋਂ 5 ਪਿਆਰੇ ਬਚਨ ਦਿੰਦੇ ਨੇ ਆਪਣੇ ਕੋਲੋਂ, ਆਪਾਂ ਉਦੋਂ ਸੀਸ ਦੇਣ ਵਾਸਤੇ ਆਪਾਂ ਬਚਨ ਦਿੰਦੇ ਹਾਂ। ਪਰ ਸੀਸ ਕਾਹਦਾ ਦਿੱਤਾ ਜੇ ਆਪਾਂ ਸੀਸ ਵਾਪਸ ਲੈ ਲਈਏ? ਆਪਾਂ ਸੀਸ ਦੇ ਕੇ ਵਾਪਸ ਤਾਂ ਨਹੀਂ ਲੈ ਸਕਦੇ। ਜੇ ਮੱਥਾ ਟੇਕ ਕੇ ਆਪਾਂ ਜੇ ਆਪਾਂ ਗੁਰੂ ਸਾਹਿਬ ਨੂੰ ਪਿੱਠ ਕਰ ਦਈਏ ਫਿਰ ਆਪਾਂ ਮੱਥਾ ਤਾਂ ਨਹੀਂ ਟੇਕਿਆ ਨਾ, ਮੱਥਾ ਟੇਕਣ ਤੋਂ ਮਤਲਬ ਵੀ ਜਦੋਂ ਆਪਾਂ ਸੀਸ ਦੇ ਰਹੇ ਗੁਰੂ ਸਾਹਿਬ ਨੂੰ ਅਰਪਣ ਕਰ ਰਹੇ ਸੀਸ ਅਰਪਣ। ਪਰ ਜਦੋਂ ਫਿਰ ਕੋਈ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਜਿੱਥੇ ਸਾਨੂੰ ਸਿੱਖੀ ਰੱਖਣੀ ਔਖੀ ਹੋਵੇ, ਆਪਾਂ ਸਿੱਖੀ ਛੱਡ ਦਿੰਦੇ ਹਾਂ, ਆਪਾਂ ਗੁਰੂ ਸਾਹਿਬ ਦੇ ਹੁਕਮ ਛੱਡ ਦਿੰਦੇ ਹਾਂ, ਇੱਦਾਂ ਤਾਂ ਆਪਾਂ ਜਿੱਦਾਂ ਕੀਤਾ ਹੋਵੇ ਆਪਾਂ ਮੱਥਾ ਨਹੀਂ ਟੇਕਿਆ। ਇਹ ਗੁਰਮੁਖ ਪਹਿਲੇ ਦੱਸਦੇ ਸੀਗੇ
ਵੀ ਉਹਦੇ ਅੰਮ੍ਰਿਤ ਛਕਣ ਤੋਂ ਪਹਿਲਾਂ ਉਹ ਬੋਲਦੇ ਹੁੰਦੇ ਸੀਗੇ, ਉਹਦੇ ਕੇਸ ਕਲਰ ਕੀਤੇ ਹੁੰਦੇ ਸੀ ਅਤੇ ਉਹਦਾ ਸਿੱਖੀ ਵਾਲਾ ਲਾਈਫ ਸਟਾਈਲ ਵੀ ਸੀਗਾ। ਪਰ ਉਹ ਇੱਕ ਵਾਰੀ ਦਰਬਾਰ ਸਾਹਿਬ ਗਏ, ਜਦੋਂ ਦਰਬਾਰ ਸਾਹਿਬ ਗਏ ਉੱਥੇ ਉਹਨਾਂ ਨੇ ਮੱਥਾ ਟੇਕਿਆ ਤਾਂ ਮੱਥਾ ਟੇਕਣ ਸਾਰ ਉਹਦੇ ਮਨ ਵਿੱਚ ਖਿਆਲ ਆਇਆ ਕਿ ਉਹਦਾ ਮੱਥਾ ਟੇਕ ਰਿਹਾ ਇੱਥੇ। ਜਦੋਂ ਮੈਂ ਖੜਾ ਹੁੰਦਾ ਤਾਂ ਫਿਰ ਜੇ ਉਹ ਮੱਥਾ ਵਾਪਸ ਲੈ ਲਿਆ ਆਪਦਾ ਤਾਂ ਫਿਰ ਤਾਂ ਪਕੜ ਹੋ ਗਿਆ, ਮੈਂ ਇੱਥੇ ਝੂਠ ਬੋਲ ਰਿਹਾ ਚੁੱਪ। ਉਦੋਂ ਉਸ ਗੱਲ ਉਹ ਗੱਲ ਸਟ੍ਰਾਈਕ ਕਰ ਗਏ ਜਿਵੇਂ ਤੀਰ ਨਿਸ਼ਾਨੇ ਨੂੰ ਲੱਗ ਗਿਆ ਉੱਥੇ। ਉਦੋਂ ਵੀ ਇਹੀ ਗੱਲ ਉਹਨਾਂ ਦੇ ਇੱਥੇ ਦ੍ਰਿੜ ਹੋ ਗਈ ਇਸ ਗੱਲ 'ਤੇ ਕਿ ਹੁਣ ਜੋ ਵੀ ਗੁੱਸਾ ਕਹਿਣਗੇ ਮੈਨੂੰ ਉਹ ਕਰਦਾ ਹੈ। ਅਤੇ ਫਿਰ ਉਹਨਾਂ ਦਾ ਜੀਵਨ ਦੇਖਣ ਉਹਨਾਂ ਨੇ ਸਭ ਕੁਛ ਛੱਡ ਕੇ, ਵਾੜੇ ਗੱਲ ਸਾਰੇ ਛੱਡ ਕੇ, ਅੰਮ੍ਰਿਤ ਛੱਕ ਕੇ ਅਤੇ ਇਹ ਗੁਰਮੁੱਖ ਵਾਲਾ ਜੀਵਨ ਉਹਨੇ ਰੱਖਿਆ ਵਾ। ਅਗਰ ਜਿਹੜਾ ਸੰਦੇਸ਼ ਵੀ ਲਵਾਇਆ ਮੈਂ ਸਿੱਖੀ ਸੁਰਗਤ ਰਹੇ, ਗੁਰਬਾਣੀ ਦਾ ਪਾਠ ਕਰਦੇ ਰਹੇ ਅਤੇ ਆਪ ਨੂੰ ਇਹ ਵੀ ਕਰਨਾ ਚਾਹੀਦਾ, ਇਹ ਦ੍ਰਿੜਤਾ ਵਾਲੀ ਚਾਹੀਦੀ ਬਾਰੇ ਵਿੱਚ। ਹੁਣ ਅਸੀਂ ਗੁਰੂ ਸਾਹਿਬ ਨੂੰ ਸੀਸ ਦਿੱਤਾ ਆ, ਮੱਥਾ ਟੇਕ ਕੇ ਅੰਮ੍ਰਿਤ ਛੱਕਿਆ, ਤਾਂ ਇੱਦਾਂ ਹੋਵੇ ਕਿ ਅਸੀਂ ਅੰਮ੍ਰਿਤ ਛੱਕ ਲਿਆ ਉਸਨੂੰ ਛੱਡ ਦਈਏ ਇੱਥੇ, ਬਸ ਠੀਕ ਅੰਮ੍ਰਿਤ ਛੱਕ ਲਿਆ, ਹੁਣ ਕੁਛ ਕਰਨ ਦੀ ਲੋੜ ਨਹੀਂ। ਇੱਦਾਂ ਕੋਈ ਇੱਥੇ ਗਰੰਟੀ ਨਹੀਂ ਹੈਗੀ ਵੀ ਅੰਮ੍ਰਿਤ ਛੱਕ ਲਿਆ ਹੁਣ ਬਸ ਅਸੀਂ ਮੁਕਤ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਨੇ ਜੇ ਤਾਂ ਹਰ 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 ਰਸ ਦਾਵ ਦਾ ਪਾਇਆ ਅਤੇ ਭਾਗ ਹੀਣ ਜਲ ਪਾਸ, ਜਿਹਨੂੰ ਦਾਵ ਦਾ ਰਸ ਨਹੀਂ ਆਇਆ ਉਹਨੂੰ ਤਾਂ ਫਿਰ ਜਲ ਉੱਤਰ ਡਾਉਗੇ। ਸੋ ਇੱਦਾਂ ਜੇ ਅਸੀਂ ਅੰਮ੍ਰਿਤ ਛੱਕ ਲਿਆ ਫਿਰ ਹਜੇ ਅਸੀਂ ਕੋਈ ਪ੍ਰਾਪਤੀ ਨਹੀਂ ਕੀਤੀ, ਸਾਨੂੰ ਕੋਈ ਅਨੁਭਵ ਨਹੀਂ ਹੋਇਆ, ਸਾਨੂੰ ਫਿਰ ਦੇਖਣਾ ਚਾਹੀਦਾ ਕਿ ਅਸੀਂ ਕੀ ਗਲਤ ਕੀ ਕਰ ਰਹੇ ਹਾਂ। ਕਿਉਂਕਿ ਅੰਮ੍ਰਿਤ ਛੱਕ ਕੇ ਗੁਰਬਾਣੀ ਦਾ ਪਾਠ ਕਰਕੇ ਤਾਂ ਸਾਨੂੰ ਬਹੁਤ ਅਨੁਭਵ ਹੋਣਾ ਚਾਹੀਦਾ। ਗੁਰਬਾਣੀ ਤਾਂ ਮਿੱਠੀ ਆ, ਬਹੁਤ ਜ਼ਿਆਦਾ ਮਿੱਠੀ ਗੁਰਬਾਣੀ ਆ। ਗੁਰਬਾਣੀ ਪੜ੍ਹ ਕੇ ਤਾਂ ਫਿਰ ਇਹਦੇ ਕਰਕੇ ਤਾਂ ਕਲਿਆਣ ਹੋਣਾ ਆਪਣਾ, ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ। ਤਾਂ ਸਾਨੂੰ ਫਿਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਜੇ ਅਸੀਂ ਕੋਈ ਤਰੱਕੀ ਨਹੀਂ ਕਰ ਰਹੇ, ਜਦੋਂ ਅਸੀਂ ਅੰਮ੍ਰਿਤ ਛੱਕਿਆ ਸੀਗਾ ਹੁਣ 10 ਸਾਲ ਹੋ ਗਏ ਅੰਮ੍ਰਿਤ ਛੱਕਿਆ ਨੂੰ, ਸਾਡਾ ਜੀਵਨ ਉੱਦਾਂ ਦਾ ਹੀ ਆ, ਸਾਡੀ ਸੰਗਤ ਵੀ ਉਹੀ ਆ ਜੋ ਅੰਮ੍ਰਿਤ ਛੱਕਣ ਤੋਂ ਪਹਿਲਾਂ ਸੀਗੀ, ਉਹੀ ਪੰਜ ਵਿਕਾਸ ਨੂੰ ਤੰਗ ਕਰ ਰਹੇ ਆ। ਤਾਂ ਕਿ ਸਾਨੂੰ ਬਹੁਤ ਸੀਰੀਅਸਲੀ ਦੇਖਣਾ ਚਾਹੀਦਾ ਕਿ ਹੁਣ ਇੰਨੇ ਸਾਲ ਹੋ ਗਏ ਅੰਮ੍ਰਿਤ ਛੱਕਿਆ ਨੂੰ, ਸਾਡਾ ਅਸੀਂ ਕਿਤੇ ਪਹੁੰਚੇ ਨਹੀਂ, ਕੋਈ ਤਰੱਕੀ ਨਹੀਂ ਹੋਈ, ਕੋਈ ਬਦਲਾਵ ਨਹੀਂ ਆਇਆ ਸਾਡੇ ਵਿੱਚ। ਅੰਮ੍ਰਿਤ ਛੱਕਣ ਤੋਂ ਪਹਿਲਾਂ ਵੀ ਅਸੀਂ ਉਹੀ ਸੀਗੇ ਅਤੇ ਬਾਅਦ 'ਚ ਵੀ ਉਹੀ ਸੀ, ਫਿਰ ਵੀ ਅਸੀਂ ਕੀਤਾ ਕੀ ਆ। ਚਾਹੀਦਾ ਤਾਂ ਇਹਦਾ ਜਿਵੇਂ ਆਪਾਂ ਪ੍ਰਾਪਤ ਗੁਰਸਿੱਖਾਂ ਦੇ ਜੀਵਨ ਪੜ੍ਹਦੇ ਹਾਂ ਕਿ ਅੰਮ੍ਰਿਤ ਛੱਕ ਕੇ ਉਹਨਾਂ ਦੇ ਕਿਵੇਂ ਜੀਵਨ ਉਹਦੇ ਬਦਲੇ ਸੀ, ਕਿਹੜੀਆਂ ਆਤਮਕ ਤਰੱਕੀਆਂ ਉਹਨਾਂ ਨੇ ਕੀਤੀਆਂ, ਵਾਹਿਗੁਰੂ ਦੀਆਂ ਪ੍ਰਾਪਤੀਆਂ ਕੀਤੀਆਂ ਨੇ। ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ, ਆਪਣੇ ਮਹਾਨ ਗੁਰਮੁਖ ਨੇ ਉਹਨਾਂ ਦੇ ਜੀਵਨ ਵੱਲ ਦੇਖੀਏ। ਅੱਜ ਕੱਲ੍ਹ ਇਹੀ ਪ੍ਰਚਾਰ ਇਹੀ ਅੱਜ ਕੱਲ੍ਹ ਲੈ ਚੱਲ ਰਹੀ ਆ ਵੀ ਜਿਹੜੇ ਨੈਗੇਟਿਵ ਐਸਪੈਕਟ ਨੇ ਉਹ ਦੇਖੀਏ ਵੀ ਹਾਂ ਇਹ ਫਲਾਣੀ ਗਲਤੀ ਸੀਗੇ, ਇਹ ਖਰਾਬੀ ਕਰਦੇ ਆ, ਬਾਬੇ ਮੱਥੇ ਟਿਕਾਉਂਦੇ ਆ, ਨੈਗੇਟਿਵ ਗੱਲਾਂ ਕਰਦੇ ਨੇ। ਪਰ ਜਿਹੜੇ ਪੋਜ਼ਿਟਿਵ ਆਪਣੇ ਰੋਲ ਮਾਡਲ ਨੇ, ਜਿਵੇਂ ਬਾਬਾ ਦੀਪ ਸਿੰਘ ਜੀ ਹੋਏ, ਬਾਬਾ ਬੁੱਢਾ ਜੀ ਦੇ ਜੋ ਹੋਰ ਗੁਰਮੁਖ ਪਿਆਰੇ ਨੇ, ਆਪਾਂ ਉਹਨਾਂ ਨੂੰ ਦੇਖੀਏ ਉਹਨਾਂ ਜੀਵਨ ਕੀ ਸੀ, ਉਹਨਾਂ ਨੂੰ ਦੇਖ ਕੇ ਸੇਧ ਲਈਏ, ਉਹਨਾਂ ਵੱਲ ਪੜ੍ਹਨ ਦੀ ਕੋਸ਼ਿਸ਼ ਕਰੀਏ। ਉਹ ਵੀ ਇਨਸਾਨ ਹੀ ਸੀਗੇ, ਸਾਡੇ ਕੋਲ ਕੋਈ ਦੋ ਬਾਹਾਂ ਦੋ ਲੱਤਾਂ ਸੀ ਉਹਨਾਂ ਦੀਆਂ, ਜੇ ਉਹ ਕਰ ਸਕਦੇ ਸੀਗੇ ਤਾਂ ਅਸੀਂ ਕਿਉਂ ਨਾ ਕਰੀਏ, ਅਸੀਂ ਵੀ ਕੋਸ਼ਿਸ਼ ਕਰੀਏ। ਜਿਵੇਂ ਉਹ ਸੀ ਨਾ ਵੀ ਸ਼ੈਲ ਲੱਤ ਦੇ ਪਾਰ ਗੋਰੀ ਬਲਤੀ ਰਿਹਾ, ਜਿਵੇਂ ਗੁਰਮੁਖ ਪਿਆਰੇ ਹੁਣ ਪਾਰ ਲੰਘ ਕੇ, ਤਾਂ ਸਾਨੂੰ ਵੀ ਉਤਸ਼ਾਹ ਹੋਣਾ ਚਾਹੀਦਾ ਕਿ ਅਸੀਂ ਵੀ ਗੁਰਮੁਖ ਪਿਆਰੇ ਵਾਂਗੂ ਹੁਣ ਵਾਹਿਗੁਰੂ ਜੀ ਨੂੰ ਮਿਲੀਏ, ਅਸੀਂ ਵੀ ਪਾਰ ਲੱਭੀਏ। ਹਾਂਜੀ ਬਿਲਕੁਲ, ਇਹ ਬਹੁਤ ਅੱਜ ਕੱਲ੍ਹ ਚੱਲ ਰਿਹਾ। ਇੱਕ ਆਪਣੇ ਦਾਸ ਆਪਣੇ ਐਕਸਪੀਰੀਅੰਸ ਤੋਂ ਦੱਸਦਾ, ਉੱਥੇ ਕੰਮ ਕਰਦੇ ਸੀ ਅਸੀਂ, ਸਟੂਡੈਂਟ ਸੀ ਜਦੋਂ, ਨਾਲ ਨਾਲ ਜੋਬ ਕਰਦੇ ਸੀ ਅਤੇ ਜਿਹੜੇ ਸਾਡੇ ਇੰਪਲੋਇਰ ਸੀਗੇ ਉਹ ਇੱਥੇ ਆਪਣੇ ਇੰਡੀਆ ਦੇ ਸੀ, ਪੰਜਾਬੀ ਸੀਗੇ ਉਹ, ਅਤੇ ਉਦੋਂ ਗੁਰੂ ਸਾਹਿਬ ਨੇ ਕਿਰਪਾ ਕਰਦੀ ਸੀ, ਅੰਮ੍ਰਿਤ ਛੱਕ ਲਿਆ ਸੀ। ਅਤੇ ਅੰਮ੍ਰਿਤ ਛੱਕ ਕੇ ਜਦੋਂ ਪਹਿਲੀ ਵਾਰ ਉੱਥੇ ਗਏ ਕੰਮ 'ਤੇ, ਤਾਂ ਉਹ ਇੰਪਲੋਇਰ ਕਹਿੰਦਾ ਸਾਨੂੰ, ਕਹਿੰਦਾ ਕਿ 10-12 ਸਾਲ ਪਹਿਲਾਂ, ਕੁਛ ਸਾਲ ਪਹਿਲਾਂ ਵੀ ਸਾਡੇ ਵੀ ਮਨ 'ਚ ਆਇਆ ਸੀ ਅੰਮ੍ਰਿਤ ਛੱਕ ਲਈਏ, ਗੁਰੂ ਵਾਲੇ ਬਣ ਜਾਈਏ। ਪਰ ਕਹਿੰਦੇ ਅਸੀਂ ਇੱਕ ਉੱਥੇ ਕਿਸੇ ਦੇ ਵਿਆਹ 'ਤੇ ਗਏ ਅਤੇ ਕਹਿੰਦੇ ਅਸੀਂ ਉੱਥੇ ਦੇਖਿਆ ਕਿ ਅੰਮ੍ਰਿਤਧਾਰੀ ਬੰਦਾ ਮਾਸ ਖਾ ਰਿਹਾ ਸੀ, ਅਤੇ ਕਹਿੰਦੇ ਸਾਡੇ ਮਨ 'ਚ ਆ ਗਿਆ ਵੀ ਨਹੀਂ ਕੁਛ ਨਹੀਂ ਹੈ, ਤਾਂ ਵੀ ਅਸੀਂ ਨਹੀਂ ਹੁਣ ਗੁਰੂ ਵਾਲੇ ਬਣਨਾ। ਸੋ ਇੱਦਾਂ ਦੀਆਂ ਇੱਕ ਵਾਰੀ ਕਿੰਨੀਆਂ ਐਗਜ਼ਾਮਪਲਸ ਮਿਲਣਾ ਹੈ। ਪਰ ਆਪਾਂ ਨੂੰ ਚਾਹੀਦਾ ਇਹ ਹੈ ਕਿ ਜੇ ਕੋਈ ਅੰਮ੍ਰਿਤ ਛਾਤੀ ਨੂੰ ਗਲਤ ਕੰਮ ਕਰ ਰਿਹਾ, ਜਾਂ ਆਪਾਂ ਨੂੰ ਹੋਰ ਕੋਈ ਵੀ ਸਿੱਖੀ ਮੰਡਲਾਂ ਵਿੱਚ ਕੋਈ ਗੱਲ ਆਪਾਂ ਨੂੰ ਲੱਗਦੀ ਵੀ ਕੋਈ ਗਲਤ ਹੋ ਰਿਹਾ ਕਿਤੇ, ਤਾਂ ਆਪਾਂ ਉਹਦੀ ਐਗਜ਼ਾਮਪਲ ਨਾਲ ਦੇਖੀਏ, ਆਪਾਂ ਆਪਣੇ ਆਪ ਨੂੰ ਇੰਸਪਾਇਰ ਕਰੀਏ ਉਹਨਾਂ ਗੁਰਮੁਖਾਂ ਦੇ ਜੀਵਨ ਦੇਖ ਕੇ ਜਿਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ, ਜਿਹਨਾਂ ਨੇ ਗੁਰੂ ਸਾਹਿਬ ਦੇ ਬਚਨ ਮੰਨ ਕੇ, ਹੁਕਮ ਕਮਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਆਂ ਨੇ, ਉਹਨਾਂ ਦੀ ਆਪਾਂ ਵੱਲ ਦੇਖੀਏ, ਤਾਂ ਆਪਣਾ ਲਾਭ ਹੋਣਾ, ਨਹੀਂ ਤਾਂ ਮਾੜੇ ਪਾਸੇ ਦੇਖਾਂਗੇ ਆਪਣੇ 'ਤੇ ਉਹੋ ਜਿਹਾ ਅਸਰ ਪੈਣਾ, ਆਪਾਂ ਉੱਥੇ ਦੇ ਉੱਥੇ ਖੜੇ ਰਹਿ ਜਾਵਾਂਗੇ ਆਪਾਂ। ਸੋ ਹੁਕਮ ਮੰਨਣ ਦੀ ਗੱਲ ਚੱਲ ਰਹੀ ਸੀ ਕਿ ਗੁਰੂ ਸਾਹਿਬ ਨੂੰ ਖੁਸ਼ ਕਿਵੇਂ ਕਰਨਾ, ਖੁਸ਼ ਕਰਨ ਦਾ ਤਰੀਕਾ ਇਹੀ ਆ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਜਦੋਂ ਇੱਥੇ ਸਿੱਖੀ ਦਾ ਰਾਹ ਚਲਾਇਆ, ਗੁਰੂ ਸਾਹਿਬ ਨੇ ਬਚਨ ਕੀਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤੜੀ ਗੜੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਹ ਪ੍ਰੇਮ ਖੇਲਣ ਦਾ ਚਾਅ ਗੁਰੂ ਸਾਹਿਬ ਕਹਿੰਦੇ ਤਾਂ ਸਿਰ ਆਪਣੀ ਤੜੀ ਤੇ ਰੱਖ ਕੇ ਆਓ। ਦੇਖੋ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਬਚਨ ਕਰਤਾ ਸੀ। ਅਸੀਂ ਛੋਟੇ ਹੁੰਦੇ ਨੇ ਪੰਕਤੀ ਸੁਣੀ ਤਾਂ ਮਨ ਵਿੱਚ ਆਇਆ ਕਿ ਇਹ ਦਸਵੇਂ ਪਾਤਸ਼ਾਹ ਦਾ ਬਚਨ ਆ। ਪਤਾ ਨੀ ਸੀ ਹੁੰਦਾ, ਕਦੇ ਸੰਗਤ ਨੀ ਸੀ, ਕਦੇ ਬਾਣੀ ਨੀ ਸੀ ਪੜ੍ਹੀ। ਓਦਾਂ ਹੀ ਮਨ ਚ ਆਇਆ ਵੀ ਇਹ ਵੀ ਸਿਰ ਦੀ ਗੱਲ ਆ, ਵੀ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਜੰਗਾਂ ਯੁੱਧਾਂ ਕੀਤੀਆਂ ਨੇ, ਵੀ ਉਹਨਾਂ ਦਾ ਬਚਨ ਹੋਣਾ। ਪਰ ਪਿੱਛੋਂ ਆ ਕੇ ਦੇਖ ਕੇ ਪਤਾ ਲੱਗੇ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕਰਤਾ ਸੀ ਕਿ ਸਿਰ ਤਲੀ ਤੇ ਰੱਖ ਕੇ ਆਓ, ਤਾਂ ਇਹ ਖੇਲ ਆ ਜਿਹੜਾ ਖੇਲ ਹੋਣਾ ਸਭ ਤੋਂ। ਸੋ ਗੁਰੂ ਸਾਹਿਬ ਕਿਹਨੂੰ ਬਣਾਉਂਦੇ ਆ ਵਾਹਿਗੁਰੂ ਜੀ ਨਾਲ? ਜਿਹੜੇ ਗੁਰੂ ਸਾਹਿਬ ਦੇ ਬਚਨ ਸਤ ਸਤ ਕਰਕੇ ਮੰਨਦੇ ਆ। ਬੀਸ ਦਿਸਦੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗੱਤ ਜਾਣੈ। ਪਰਮੇਸ਼ਰ ਦੀ ਗੱਤ ਉਹ ਸੇਵਕ ਜਾਣਦਾ ਜਿਹਦੇ ਤੇ ਗੁਰੂ ਸਾਹਿਬ ਦਾ ਬੀਸ ਦਿਸਵੇ ਮਨ ਮੰਨ ਜਵੇ। ਬੀਸ ਦਿਸਵੇ ਦਾ ਭਾਵ 100% ਪੂਰਾ ਮਨ ਮੰਨ ਜਵੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਸੋ ਸਾਡਾ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਰਿਸ਼ਤਾ, ਉਹ ਹੁਕਮ ਦੇ ਨਾਲ ਬੰਨਿਆ ਹੋਇਆ। ਜੇ ਅਸੀਂ ਉਦਾਂ ਕੇਸ ਰੱਖ ਲਏ, ਸਿੱਖੀ ਸਰੂਪ ਆ ਗਿਆ, ਅੰਮ੍ਰਿਤ ਵੀ ਛਕ ਲਿਆ, ਪਰ ਜੇ ਅਸੀਂ ਹੁਕਮ ਮੰਨਣ ਤੋਂ ਕੁਤਾਹੀ ਕਰ ਰਹੇ ਹਾਂ, ਫਿਰ ਸਾਡੇ ਸਾਨੂੰ ਜ਼ਿਆਦਾ ਲਾਭ ਨਹੀਂ ਹੋਣਾ। ਫਿਰ ਉੱਥੇ ਆਪਣੀ ਮਾਨਮਤ ਵਿੱਚ ਆ ਜਾਣਾ, ਫਿਰ ਆਪਾਂ ਪੂਰੀ ਉਸ ਚੀਜ਼ ਦਾ ਆਪਾਂ ਪੂਰਾ ਲਾਭ ਨਹੀਂ ਪ੍ਰਾਪਤ ਕਰ ਰਹੇ ਜਿਹੜੀ ਆਪਾਂ ਨੂੰ, ਜਿਹੜਾ ਆਪਾਂ ਨੂੰ ਖਜ਼ਾਨਾ ਮਿਲ ਗਿਆ ਸਿੱਖੀ ਦਾ। ਜੇ ਆਪਾਂ ਗੁਰੂ ਸਾਹਿਬ ਦੇ ਰਾਹ ਤੇ ਪੂਰਾ ਨਹੀਂ ਚੱਲਾਂਗੇ, ਉਹਦਾ ਫਿਰ ਪੂਰਾ ਲਾਭ ਵੀ ਆਪਾਂ ਵਾਂਝੇ ਰਹਿ ਜਾਣਾ ਫਿਰ ਉਸ ਖਜ਼ਾਨੇ ਨੂੰ। ਸੋ ਪੂਰੇ ਹੁਕਮ ਮੰਨਣੇ ਆ। ਜਿਵੇਂ ਕਿ ਕਈ ਵਾਰ ਸੁਣਨ ਨੂੰ ਏਦਾਂ ਮਿਲਦਾ ਹੁੰਦਾ ਕਿ ਕਈ ਕਹਿੰਦੇ ਹੁੰਦੇ ਆ ਕਿ ਅੰਮ੍ਰਿਤ ਛਕ ਲਿਆ ਠੀਕ ਆ, ਮਨ ਸਾਫ਼ ਹੋਣਾ ਚਾਹੀਦਾ, ਬਾਹਰ ਦਾ ਕੀ ਰੱਖਿਆ ਉਹ। ਪਰ ਮਨ ਸਾਫ਼ ਤੋਂ ਕਰਨਾ ਕਿਤੇ ਛੋਟੀ ਜਿਹੀ ਗੱਲ ਆ, ਇਹ ਤਾਂ ਸਭ ਤੋਂ ਔਖਾ ਕੰਮ ਇਹੀ ਹੈ। ਗੁਰਮੁਖ ਪਿਆਰੇ ਦੱਸਦੇ ਹੁੰਦੇ ਸੀ, ਕਹਿੰਦੇ ਇੱਕ ਅੰਦਰ ਦੀਆਂ ਗੱਲਾਂ ਹੁੰਦੀਆਂ ਨੇ, ਇੱਕ ਬਾਹਰ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਹੁਕਮ ਮੰਨਣੇ ਹੁੰਦੇ ਆ। ਜਿਹੜੇ ਅੰਦਰ ਦੇ ਹੁਕਮ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ, ਈਰਖਾ ਤੋਂ ਬਚਣਾ, ਇੱਦਾਂ ਦੇ ਜਿਹੜੇ, ਇਹ ਤਾਂ ਬਹੁਤ ਬਹੁਤ ਹੀ ਕਰੜੀ ਕਮਾਈ ਹੁੰਦੀ ਹੈ ਜੋ ਅੰਦਰ ਦੀਆਂ ਗੱਲਾਂ ਕਮਾਉਣੀਆਂ ਹੁੰਦੀਆਂ। ਜਿਹੜੀਆਂ ਬਾਹਰ ਦੀਆਂ ਗੱਲਾਂ ਨੇ ਛੋਟੀਆਂ ਛੋਟੀਆਂ, ਕਿਵੇਂ ਦੀਆਂ ਹੋ ਗਈਆਂ ਬਾਹਰ ਦੀਆਂ ਗੱਲਾਂ, ਕੇਸ ਰੱਖਣੇ ਹੋ ਗਏ, ਦੋਨੋਂ ਵਕਤ ਕੰਘਾ ਕਰਨਾ ਹੋ ਗਿਆ, ਇਹ ਵੀ ਗੁਰੂ ਸਾਹਿਬ ਦਾ ਹੁਕਮ ਆ। ਇਹ ਬੜੇ ਬੜੇ ਛੋਟੇ ਛੋਟੇ ਹੁਕਮ ਨੇ ਜਿਹੜੇ ਆਪਾਂ, ਜੇ ਆਪਾਂ ਖਾਸ ਖਿਆਲ ਰੱਖੀਏ ਕਿ ਅਸੀਂ ਗੁਰੂ ਸਾਹਿਬ ਦੇ ਹੁਕਮ ਕਮਾਉਣੇ ਨੇ, ਤਾਂ ਆਪਾਂ ਗੁਰੂ ਸਾਹਿਬ ਦੀ ਨਜ਼ਰਾਂ 'ਚ ਆ ਸਕਦੇ ਹਾਂ ਵੀ ਸਿੱਖ ਆਪਣਾ ਪੂਰਾ ਉਦਮ ਕਰਕੇ ਹੁਕਮ ਕਮਾ ਰਿਹਾ। ਨਿਤਨੇਮ ਕਰਨਾ ਸਮੇਂ ਤੇ, ਨਿਤਨੇਮ ਦਾ ਖਿਜਾਉਣਾ ਨਹੀਂ, ਲਾਗਾ ਨਹੀਂ ਪਾਉਣਾ, ਦਸਵੰਧ ਦੇਣਾ, ਇਹ ਬੜੇ ਛੋਟੇ ਛੋਟੇ ਹੁਕਮ ਨੇ ਜਿਹੜੇ ਆਪਾਂ ਕਰ ਸਕਦੇ ਹਾਂ, ਸਾਡੇ ਕੋਲ ਸਮਰੱਥਾ ਹੈ। ਜਿਵੇਂ ਹੁਣ ਬਾਣੀ ਦੇ ਵਿੱਚ ਹੁਕਮ ਮਿਲਦਾ ਕਿ ਅੱਠੇ ਪਹਿਰ ਨਾਮ ਜਪਣਾ, ਗੁਰੂ ਸਾਹਿਬ ਦਾ, ਗੁਰੂ ਸਾਹਿਬ ਬਾਣੀ ਫਰਮਾਉਂਦੇ ਨੇ, ਪਰ ਅੱਠੇ ਪਹਿਰ ਨਾਮ ਜਪਣਾ ਕੀ ਆਪਣੇ ਵੱਸ ਦੀ ਗੱਲ ਹੈ? ਜੇ ਕੋਈ ਕਿਸੇ ਨੇ ਹੁਣ ਅੰਮ੍ਰਿਤ ਛਕਿਆ ਹੋ ਗਿਆ, ਜੇ ਕਮਾਈ ਨਹੀਂ ਕੀਤੀ, ਤਾਂ ਅੱਠੇ ਪਹਿਰ ਨਾਮ ਜਪਣਾ ਕਿਵੇਂ ਆਪਣੇ ਵੱਸ ਦੀ ਗੱਲ ਹੋਊ? ਜੇ ਕੋਈ ਹੱਟ ਕਰਕੇ ਦਿਨੇ ਬਹਿ ਵੀ ਜਾਵੇ ਕਿ ਮੈਂ ਨਾਮ ਨਹੀਂ ਵਿਸਾਰਨਾ, ਨਾਮ ਜਪੀ ਜਾਣਾ, ਪਰ ਜਦੋਂ ਬੱਚੇ ਨੂੰ ਆਪਾਂ, ਜਦੋਂ 3 ਸਾਲ ਦਾ ਬੱਚਾ ਹੁੰਦਾ, ਆਪਾਂ ਸਕੂਲੇ ਪੜ੍ਹਦੇ ਪਾ ਦਿੰਦੇ ਹਾਂ। ਜੇ ਆਪਾਂ ਉਸ ਟਾਈਮ ਇਹ ਆਪਾਂ ਵਿਚਾਰ ਕਰੀਏ ਕਿ ਵੀ ਇਹ ਤਾਂ ਛੋਟਾ, ਜੇ ਤੇ ਇੰਨਾ ਬਰਡਨ ਪੈ ਜਾਣਾ, ਸਕੂਲ ਵਾਲੇ ਇੰਨਾ ਹੋਮਵਰਕ ਦਿੰਦੇ ਨੇ ਕਿ ਵੱਡਾ ਹੋਏ ਤੇ ਆਪਾਂ ਸਕੂਲ ਪਾ ਦਾਂਗੇ, ਕਿ ਆਪਾਂ ਇੱਦਾਂ ਕਰਦੇ ਹਾਂ ਦੁਨਿਆਵੀ ਤੌਰ ਤੇ, ਆਪਾਂ ਦੁਨਿਆਵੀ ਵਿੱਦਿਆ ਲਈ ਇੱਦਾਂ ਕਰਦੇ। ਪਰ ਜਦੋਂ ਸਿੱਖੀ ਦੀ ਗੱਲ ਆਉਂਦੀ ਆ, ਫਿਰ ਪਤਾ ਨੀ ਕਿਉਂ ਆਪਣੇ ਮਨ ਚ ਆ ਜਾਂਦਾ ਕਿ ਨਹੀਂ ਵੱਡੇ ਹੋ ਕੇ ਕਰ ਲੈਣਗੇ। ਜਦੋਂ ਆਪਾਂ ਵੱਡੇ ਹੁੰਦੇ ਹਾਂ, ਆਪਾਂ ਵੀ ਖੁਦ ਕਈ ਵਾਰ ਵੀ ਕੋਈ ਨਾ ਵੀ ਉਹਦੇ ਵੱਡੇ ਚ ਕਰ ਲਾਂਗੇ, ਉਹਦੇ ਬਥੇਰਾ ਟਾਈਮ ਆ। ਨਹੀਂ, ਸਿੱਖੀ ਵੀ ਸਕੂਲ ਆ, ਇਹਦੇ ਵਿੱਚ ਜੇ ਆਪਾਂ ਕਾਮਯਾਬ ਹੋਣ, ਚਾਹੇ ਕੋਈ ਵੀ ਕੰਮ ਆ, ਸਿੱਖੀ ਤੋਂ ਬਿਨਾਂ ਚਾਹੀਦੇ ਦੁਨਿਆਵੀ ਕੰਮ ਆ, ਜੇ ਆਪਾਂ ਸ਼ੁਰੂ ਤੋਂ ਲੱਗਦੇ ਹਾਂ ਤਾਂ ਆਪਾਂ ਨੂੰ ਕਾਮਯਾਬੀ ਮਿਲਦੀ ਹੈ। ਸੋ ਜਿਹੜਾ ਆਪਾਂ ਇਹ ਕੱਲਾ ਡਿਸਕਸ ਕੀਤਾ ਸੀ ਕਿ ਸਾਡਾ ਲਕਸ਼ ਕੀ ਆ, ਪ੍ਰਭੂ ਪ੍ਰਾਪਤੀ, ਵਾਹਿਗੁਰੂ ਦੀ ਪ੍ਰਾਪਤੀ ਕਰਨਾ, ਉਹ ਲਕਸ਼ ਦੇ ਵੇਲੇ ਵੱਲ ਵਧਣ ਦੇ ਲਈ ਸਭ ਤੋਂ ਜਿਹੜਾ ਢੁਕਵਾਂ ਸਮਾਂ, ਉਹ ਛੋਟੀ ਉਮਰ ਤੋਂ ਹੀ ਆ, ਤਾਂ ਕਾਮਯਾਬੀ ਦੇ ਚਾਂਸ ਆਪਣੇ ਵੱਧ ਜਾਂਦੇ ਆ। ਸੋ ਛੋਟੇ ਹੁੰਦੇ ਤੋਂ ਲੱਗਣਾ ਦੁਨਿਆਵੀ, ਆਪਣੀ ਪੜ੍ਹਾਈ ਵੀ ਕਰਨੀ ਆ, ਸਾਰਾ ਕੁਛ ਕਮਾਈ ਕਰਦੇ ਕਰਦੇ ਜਿਹੜਾ ਸਮਾਂ ਬਚਦਾ ਆਪਣੇ ਕੋਲ, ਉਹ ਸਾਰਾ ਸਿੱਖੀ ਵੱਲ ਨੂੰ ਛੋਟੇ ਹੁੰਦੇ ਤੁਸੀਂ ਬੱਚਿਆਂ ਨੂੰ ਆਦਤ ਪਾ ਦੋਗੇ। ਇਹੀ ਆ, ਕੀਰਤਨ ਕਰਨਾ ਬੱਚਿਆਂ ਨੂੰ ਸਿਖਾਉਣਾ ਚਾਹੀਦਾ। ਦੇਖੋ ਬੱਚੇ ਜੇ ਵਿਹਲੇ ਹੋ ਕੇ ਮੂਵੀਆਂ ਦੇਖਣਗੇ, ਫਿਲਮਾਂ ਦੇਖਣਗੇ, ਗੀਤ ਗਾਣੇ ਸੁਣਨਗੇ, ਤੁਸੀਂ ਜੇ ਕੀਰਤਨ ਕਰਨ ਲਾ ਤਾ, ਉਹਨਾਂ ਨੂੰ ਕੀਰਤਨ ਸਿਖਾਉਣ ਲਾ ਤਾ, ਉਹੀ ਸਮਾਂ ਬੱਚੇ ਕੀਰਤਨ ਦਾ ਸ਼ਬਦ ਤਿਆਰ ਕਰਿਆ ਕਰਨਗੇ। ਬੱਚਿਆਂ ਨੂੰ ਸੰਗਤ 'ਚ ਲੈ ਕੇ ਜਾਓ, ਸੰਗਤ ਦੇ ਵਿੱਚ ਕੀਰਤਨ ਕਰਨ ਦੀ ਆਦਤ ਪਾਓ, ਬੱਚਿਆਂ ਨੂੰ ਸ਼ੌਂਕ ਹੋਊ ਕਿ ਮੈਂ ਸੰਡੇ ਨੂੰ ਗੁਰਦੁਆਰਾ ਸਾਹਿਬ ਜਾਣਾ, ਮੈਂ ਸ਼ਬਦ ਤਿਆਰ ਕਰਾਂ। ਸੋ ਬੱਚਿਆਂ ਨੂੰ ਸਿੱਖੀ ਵੱਲ ਲਾਉਣ ਦੇ ਲਈ ਜ਼ਿੰਮੇਵਾਰੀ ਪੇਰੈਂਟਸ 'ਤੇ ਬਹੁਤ ਜ਼ਿਆਦਾ ਆ ਜਾਂਦੀ ਹੈ, ਅਤੇ ਆਪਾਂ ਨੂੰ, ਆਪਾਂ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਆਪਾਂ ਸੋਚਦੇ ਹਾਂ ਕਿ ਇੱਦਾਂ ਹੋ ਜਾਵੇ, ਇੱਦਾਂ ਹੋ ਜਾਵੇ, ਉਹਦੀ ਸ਼ੁਰੂਆਤ ਆਪਣੇ ਤੋਂ ਹੀ ਹੋਣੀ ਹੈ। ਸਭ ਤੋਂ ਪਹਿਲਾਂ ਆਪਣੇ ਤੋਂ, ਆਪਣੇ ਘਰ ਤੋਂ ਹੋਣੀ ਹੈ। ਸੋ ਆਪਾਂ ਜੇ ਆਪਣੇ ਆਪ ਨੂੰ ਬਹੁਤ ਵਧੀਆ
ਗੁਰਸਿੱਖ ਬਣਾ ਲਈਏ ਗੁਰੂ ਸਾਹਿਬ ਦਾ ਕਿ ਆਪਾਂ ਗੁਰੂ ਸਾਹਿਬ ਦੇ ਹੁਕਮ ਮੰਨਣ ਦੀ ਪੂਰੀ ਪੂਰਾ ਉਦਮ ਕਰੀਏ, ਆਪਾਂ ਆਪਣੇ ਬੱਚਿਆਂ ਨੂੰ ਆਪਾਂ ਉਸੇ ਰਸਤੇ ਤੇ ਚਲਾਈਏ, ਆਪਣੇ ਸਕੇ ਸੰਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਇੰਸਪਾਇਰ ਕਰੀਏ, ਸੋ ਉੱਥੋਂ ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਜਾਣੀ ਹੈ ਸਾਰੀ। ਵੱਡੇ ਲੈਵਲ ਤੇ ਗੱਲ ਆਪੇ ਆ ਜਾਣੀ, ਪਹਿਲਾਂ ਆਪਾਂ ਆਪਣੇ ਤੋਂ ਆਪਣੇ ਘਰ ਤੋਂ ਸ਼ੁਰੂ ਕਰੀਏ, ਗੁਰੂ ਸਾਹਿਬ ਨੂੰ ਖੁਸ਼ੀ ਮਿਲੂ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰੀ ਬੇਨਤੀ ਹੈ ਕਿ ਆਪ ਜੀ ਸੰਗਤ ਨੂੰ ਇਹ ਜ਼ਰੂਰ ਦੱਸੋ ਕਿ ਜਦੋਂ ਪੰਜ ਸਿੰਘ ਨਾਮ ਵਿਰਧੀ ਖੇਡ ਨੂੰ ਰਚਾਉਂਦੇ ਨੇ ਅਤੇ ਕਾਫੀ ਜਣਿਆਂ ਨੂੰ ਨਹੀਂ ਪਤਾ, ਉਹ ਬਾਅਦ ਦੇ ਵਿੱਚ ਸਾਨੂੰ ਏਦਾਂ ਦੀ ਗੱਲ ਕਹਿੰਦੇ ਨੇ ਕਿ ਬਈ ਇਹ। ਜ਼ੋਰਾਵਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀ ਵੀ, NRI।